ਸਤਿਨਾਮ ਸ਼੍ਰੀ ਵਾਹਿਗੁਰੂ ਜੀਓ ਡੁੰਡੋਤ ਬੰਦਨਿਆਨ ਕੁਬਾਰ ਸਰਵ ਕਲਾਬ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇਹ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਪੇਟਿਆ ਨਾਨਕ ਮਾਨ ਪ੍ਰਗਾਸ ਮੂ ਗੁਚਰਿ ਸ਼ਾਸਤਰ ਖਟ ਬੇੰਗ ਗੇਰਨ ਚੜ ਜਾਵੇ ਅੰਦਲਖ ਹੈ ਬਦਰੋ ਸੁਨੇ ਜੋ ਕਾਲ ਕਿਰਪਾ ਕਰਾਏ ਸਤਨਾਮੁ ਸ੍ਰੀ ਵਾਗੁਰੂ ਜੀਓ ਮੰਤਰੰ ਰਾਮ ਰਾਮ ਨਾਮ ਧਿਆਨੰ ਸਰਵ ਉਤਰ ਪੂਰਨ ਹੈ ਗਿਆਨੰ ਸਮ ਦੁਖ ਸੁਖਿੰ ਜੋਗਤ ਨਿਰਮਲ ਨਿਰਵੈਰਣ ਹੈ ਦਇਆਲੰ ਸਰਵ ਉਤਰ ਜੀਆ ਪੰਜ ਦੋਖ ਵਿਵਰਜਿਤ ਹੈ ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਤ ਉਪਦੇਸ਼ ਸੰਗ ਸਮ ਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹ ਸਰੋਤ ਸਰਵਣ ਆਪ ਤਿਆਗ ਸਗਲ ਰੇਣ ਕਹ ਕਟ ਲਖਣ ਪੂਰਨੰਗ ਪੁਰਖ ਹੈ ਨਾਨਕ ਨਾਮ ਸਾਧ ਸੁਵਜਨ ਹੈ ਕਟ ਲਖਣ ਪੂਰਨੰਗ ਗੁਰਖਾ ਨਾਨਕ ਨਾਮ ਸਾਧ ਸੁਵਜਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸਵਾਉ ਜਨ ਕੈ ਸੰਗ ਚਿਤ ਆਵੈ ਨੋ ਤੇ ਗ੍ਰੰਥਕਾਰ ਵੀ ਦੱਸਦੇ ਆ ਕਿ ਬ੍ਰह्म ਬਿਤ ਬ੍ਰह्म ਈ ਬਵਤੀ ਜਿਹੜਾ ਬ੍ਰਹਮ ਵੇਤਾ ਬ੍ਰਹਮ ਨੂੰ ਜਾਣਨ ਵਾਲਾ ਹੁੰਦਾ ਉਹ ਬ੍ਰਹਮ ਦਾ ਹੀ ਸਰੂਪ ਹੁੰਦਾ ਜਿਵੇਂ ਸੱਲੇ ਸੱਲ ਨੂੰ ਸਮਾਵੇਦਾ ਇਵੇਂ ਪਾਣੀ ਚ ਪਾਣੀ ਮਿਲ ਕੇ ਪਾਣੀ ਦਾ ਰੂਪ ਹੋ ਜਾਂਦਾ ਜਿਸ ਤਰ੍ਹਾਂ 999 ਦਰਿਆ ਆ ਤੇ ਸੱਤ ਸਮੁੰਦਰ ਬਣਦੇ ਆ ਫਿਰ ਉਹ ਮਹਾਸਾਗਰ ਚ ਰਲ ਕੇ ਮਹਾਸਾਗਰ ਦਾ ਰੂਪ ਹੋ ਜਾਂਦੇ ਆ ਫਿਰ ਉਥੇ ਨਹੀਂ ਵੀ ਗੰਗਾ ਆ ਇਹ ਜਮਨਾ ਆ ਇਹ ਸਰਸਤੀ ਆ ਇਹ ਗੁਮਤੀ ਆ ਇਹ ਗਦਾਵਰੀ ਆ ਮੇਰੇ ਸੁੰਦਰ ਰਲ ਗਿਆ ਤੇ ਉਹਨਾਂ ਦਾ ਨਾਮ ਰੂਪ ਖਤਮ ਹੋ ਗਿਆ ਨਾ ਕਿਉਂਕਿ ਜਿਹੜਾ ਨਾਮ ਤੇ ਰੂਪ ਇਹ ਦੋ ਅੰਸਾਂ ਮਾਇਆ ਦੀਆਂ ਸਤ ਚਿਤ ਆਨੰਦ ਇਹ ਤਿੰਨ ਪਰਮਾਤਮਾ ਦੀਆਂ ਸਤ ਮੈਨੇ ਉਹ ਸਤ ਸਰੂਪ ਏ ਇਹਦਾ ਤਿੰਨਾ ਕਾਲਾਂ 'ਚ ਪੂਤ ਪ੍ਰਕਤ ਵਰਤਮਾਨ ਬਾਦਨਾਸ ਨਹੀਂ ਹੁੰਦਾ ਹਾਂਜੀ ਤੇ ਉਹ ਚਿਤ ਮੈਨੇ ਚੇਤਨ ਸਰੂਪ ਹੈ ਔਰ ਆਨੰਦ ਮੈਨੇ ਸੁਖ ਸਰੂਪ ਹੈ ਤੇ ਮਾਇਆ ਦਾ ਦੂਆ ਮਾਇਆ 'ਚ ਇਹਦਾ ਨਾਮ ਕੀ ਹੈ ਇਹਦਾ ਰੂਪ ਕੀ ਹੈ ਇਹ ਦੋ ਆਂਸਾ ਮਾਇਆ ਦੀਆਂ ਤਿੰਨ ਪਰਮਾਤਮਾਨੀਆਂ ਤੇ ਜਿਲੇ ਪੁਰਖ ਔਰ ਪ੍ਰਕਿਰਤੀ ਮਿਲਦੀ ਹੈ ਮਾਇਆ ਆ ਸਾਰੀ ਰਚਨਾ ਹੋ ਜਾਂਦੀ ਹੈ ਇਹ ਲੈ ਨਿਰਗੁਣ ਹੁੰਦਾ ਫਿਰ ਸੁੰਨੇ ਕਲਾ ਰਹਾਂਦਾ ਹਾਂ ਜੀ ਪਰ ਲੋਕਰਦਨ ਕਦੀ ਜਲਦੀ ਕਰਦਾ ਕਦੀ ਅਗਦੀ ਕਦੀ ਬਾਜੂਦੀ ਕਦੀ ਕੋਈ ਕਦੀ ਕੋਈ ਇਹਦੀ ਮौज ਹੈ ਇਹ ਲੈ ਜਲਦੀ ਕਰਦਾ ਧਰਤੀ ਸਾਰੀ ਪਾਣੀ ਚ ਡੁੱਬ ਜਾਂਦੀ ਹੈ ਫੇ ਧਰਤੀ ਤੇ ਰਹਿਣ ਵਾਲੇ ਕਿੱਥੇ ਰਹਿਣਾ ਹੈ ਫੇ ਪਾਣੀ ਚੋਂ ਅਗ ਨਿਕਲਦੀ ਹੈ ਇਹ ਗੈਸ ਬਣ ਜਾਂਦੀ ਹੈ। ਹੱਸ ਪਿਆ ਸੁਨੇ ਹੋ ਜਾਂਦਾ। ਅਰਵਦ ਨਰਵਤ ਧੂਖਾਰਾ ਹ 36 ਜੋ ਗਵਾਰੇ ਵਰਤੇ ਇਸ ਤਰ੍ਹਾਂ ਦੇ ਵਜਨ ਤਾੜੀ ਲੈ ਸਿਰ ਜਣਾ ਰਹੇ ਇਸ ਤਰ੍ਹਾਂ ਦਾ ਬਣ ਜਾਂਦਾ। ਤੇ ਜਦੋਂ ਫੇਰ ਕਿਉਂਕਿ ਜੀਵਾਂ ਦੇ ਜਿਹੜੇ ਕਰਮ ਆ ਇਹ ਫਲ ਦੇਣ ਨੂੰ ਸਮਰੱਥ ਨਹੀਂ ਰਹਿੰਦੇ। ਜਿਵੇਂ ਹੁਣ ਕਈ ਬੀਜ ਆ ਬੀਜਾਂ ਵੀ ਜੰਮਦੇ ਨਹੀਂ। ਉਹਨਾਂ ਜੰਮਣ ਦੀ ਸ਼ਕਤੀ ਨਹੀਂ ਹੁੰਦੀ। ਇਹ ਸਤਾਂਜ ਉਹ ਇਨਸਾਨ ਦੇ ਪੁੰਨ ਖਤਮ ਹੋ ਜਾਂਦੇ ਐ ਹੈ ਪਾਪਾਂ ਵਾਲੇ ਤੁਰ ਪੁੰਦੇ ਭਜਨ ਬਾਣੀ ਛੱਡ ਜਾਂਦੇ ਐ ਫੇਰ ਉਹ ਸ੍ਰੇਸ਼ਟੀ ਨਰਬੀਜ ਹੋਣੀ ਸ਼ੁਰੂ ਹੋ ਜਾਂਦੀ ਐ ਹਾਂਜੀ ਫੇਰ ਉਹ ਇਹਨੂੰ ਪਰਲੋ ਕਰਕੇ ਮਾਇਆ ਚ ਲੀਨ ਕਰ ਲੈਂਦਾ ਫੇਰ ਬਸ ਉਹ ਜਿਹੜੀਆਂ ਰੂਹਾਂ ਅਰਦਾਸਾਂ ਕਰਦੀਆਂ ਬਖਸ਼ੋ 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 ਫੇਰ ਦਇਆ ਕਰਦਾ ਫੇਰ ਜਦੋਂ ਜਮ ਕਰਨ ਪਨ ਜਾ ਕਰਨ ਉਤਰਪੋਰ। ਫਿਰ ਆਪਣੀ ਮौज ਵਿੱਚ ਆਇਆ। ਏਕੋ ਅੰਕ ਸਿਆੰਬੋ ਪਰ ਜਾ ਜੀ। ਮੈਂ ਇੱਕ ਤੂੰ ਬਹੁਤ ਰੂ ਹੋ ਜਮਾਂ। ਪਰ ਜਾ ਦੀ ਰਚਨਾ ਕਰਾਂ। ਬਾਣੀ ਚ ਵੀ ਇਹ ਕੀਤਾ ਪਸਾਓ ਏਕੋ ਪਵਾਓ। ਤੇ ਇਸਤੇ ਹੋਏ ਲੱਖ ਦਰਿਆ। ਕੋ ਫੇ ਕਵਾਓ ਮੈਨੇ ਇੱਕ ਫੁਰਨੇ ਤੇ ਕਿੰਨਾ ਕੁਛ ਰਰ ਚਲੰਦਾ। ਕਿਉਂ ਤੂੰ ਮਾਇਆ ਬੜੀ ਅਸਚਰਜ। ਜਿਵੇਂ ਕੋਈ ਰਾਜਾ ਅਸੀ ਉਹ ਕਹਿੰਦਾ ਮਾਇਆ ਜਿਹੜੀ ਅਸਚਾਰ ਦੀ ਕਿਵੇਂ ਹੈ ਤੇ ਉਹ ਬਾਜੀਗਰ ਨੂੰ ਕਹਿੰਦੇ ਲਓ ਬਈ ਬਾਜੀਗਰ ਦੀ ਮਾਇਆ ਤੂੰ ਦੇ ਲਾ ਬਾਜੀਗਰ ਆ ਗਿਆ ਤੇ ਉਹਦੇ ਘਰ ਲਈ ਨਟਣੀ ਵੀ ਨਾਲ ਆਇਆ ਇੰਨੇ ਨੂੰ ਆਕਾਸ਼ ਵਿੱਚ ਬੜਾ ਛੋਰ ਸ਼ਰਾਬ ਆਉਣ ਲੱਗ ਪਿਆ ਰਾਜਾ ਕਹਿੰਦੇ ਇਹ ਕੀ ਹੈ ਕਹਿੰਦੇ ਜੀ ਆਕਾਸ਼ ਮੰਡਲ 'ਚ ਦੇਵਤਿਆਂ ਦੈਨਤਾਂ ਦਾ ਜੁਦ ਹੋ ਰਿਹਾ ਹੈ ਤੇ ਮੈਂ ਹੁਣ ਜਾ ਰਿਆਂ ਮੈਨੂੰ ਨਹੀਂ ਮਦਦ ਤੇ ਬੁਲਾਇਆ ਉਹ ਕਹਿੰਦਾ ਮੇਰੇ ਆ ਜੀ ਘਰ ਵਾਲੇ ਨੱਟਣੇ ਆ ਇਹਦੀ ਸੇਵਾ ਸੰਭਾਲ ਤੁਸੀਂ ਕਰਨੀ ਹੈ ਵਚਨ ਲੈ ਲਿਆ ਰਾਜੇ ਦਾ ਬਾਜੀਗਰ ਕਹਿੰਦਾ ਮੈਂ ਹੁਣ ਚੱਲਿਆ ਉਹ ਹੁਣ ਅਲੋਪ ਹੋ ਗਿਆ ਤੇ ਜਦ ਇਹਨੂੰ ਹਾਂਜੀ ਬੜ ਬੜੇ ਕਿਸ ਦਾ ਸਿਰ ਵੱਡਿਆ ਡੇਗ ਰਿਹਾ ਕੇ ਦੀਆਂ ਲੱਤਾਂ ਕਿਸ ਦੀਆਂ ਬਾਹਾਂ ਕਈ ਕੁਝ ਹੋ ਰਿਹਾ ਇਧਰ ਬਾਜੀਗਰ ਦੇ ਵੀ ਕੌਣ ਘਟੀ ਗਈ ਤੇਰਾ ਆ ਗਿਆ ਬਾਹਾਂ ਆ ਗੀਆਂ ਨਤਾਂ ਆ ਗੀਆਂ ਪੈਰ ਆ ਗਏ ਕਹਿੰਦੀ ਪਈ ਉਹਦੇ ਸ਼ਹੀਦ ਹੋ ਗਿਆ ਉਹ ਫੇ ਕਹਿੰਦੇ ਹਣੀ ਦਾ ਸੰਸਕਾਰ ਕਰਦੀ ਏ ਚੀਖਾ ਜਨ ਲਈ ਇਹਦੇ ਸੰਸਕਾਰ ਕਰਨ ਲੱਗੇ ਉਹ ਨਟਣੀ ਕਹਿੰਦੀ ਵੀ ਮੈਂ ਤਾਂ ਪਤੀ ਵਰ ਤਾਂ ਨਾਲ ਸਤੀ ਹੋਣਾ ਰਾਜਾ ਕਹਿੰਦਾ ਵੀ ਮੈਂਨੂੰ ਤਾਂ ਵਚਨ ਦੇ ਕੇ ਗਿਆ ਸੀ ਪੀਦੀ ਸੇਵਾ ਸੰਭਾਲ ਕਰਨੀ ਉਹ ਕਹਿੰਦੇ ਮਾਰਾ ਵਚਨ ਤਾਂ ਤਾਂ ਹੀ ਸੀ ਵੀ ਜੰਦਾ ਸੀ ਜਦੋਂ ਹੁਣ ਸ਼ਹੀਦ ਹੋ ਗਿਆ ਤੇ ਮੈਂ ਸਤੀ ਹੋਣਾ ਉਹਦੇ ਨਾਲ ਉਨੀ ਬੜਾ ਕੀਤਾ ਪਰ ਉਹ ਸਤੀ ਹੋ ਗਈ ਜਿਲੇ ਸਾਰਾ ਸਵਾ ਠੰਢੀ ਹੋ ਗਏ ਕਰਮ ਕਰਿਆ ਕਰਤੀ ਬਾਜੀਗਰ ਆ ਗਿਆ ਰਾਜਨਾਂ ਦੀ ਰਾਜ ਮਹਾਰਾਜਾ ਤੁਮਾਰੀ ਜੈ ਹੋ ਉਹ ਕਹਿੰਦੇ ਹਦ ਹੋ ਗਈ ਹੈ ਹਾਂਜੀ ਪਹਿਲਾ ਕਾਲਸ ਵਿੱਚ ਸ਼ਾਸਤਰਾ ਦੇ ਖੜਾ ਕੇ ਹੋ ਰਿਹਾ ਸੀ ਨਗਾਰੇ ਖੜਕਦੇ ਸੀ ਯੋਧ ਜਾਂ ਹੋਏ ਅੰਗ ਵੱਡ ਵੱਡੇ ਗਏ ਇਹਦੇ ਵੀ ਇਹਦਾ ਸੰਸਕਾਰ ਕੀਤਾ ਹੱਥਾਂ ਨਾਲ ਫੇ ਨਟਣੀ ਸਤੀ ਹੋ ਗਈ ਵੇ ਕਿਥੋਂ ਆ ਗਿਆ ਹਾਂਜੀ ਉਹ ਕਹਿੰਦੇ ਕਿਥੇ ਸਸਕਾਰ ਕੀਤਾ ਕਹਿੰਦੇ ਕਹਿੰਦੇ ਨਟਣੀ ਮੈਂ ਮੌਜੂਦ ਹਾਂ ਤੁਮ ਕਾਹਾਂ ਹੋ ਉਹ ਵੀ ਆ ਗਈ ਕਹਿੰਦੇ ਇਹ ਕੀ ਕਹਿੰਦੇ ਬਾਜੀਗਰਦੀ ਮਾਇਆ ਕਹਿੰਦੇ ਬਾਜੀਗਰਦੀ ਮਾਇਆ ਸਮਝ ਨਹੀਂ ਆਉਂਦੀ ਤੇ ਰੱਬ ਦੀ ਕਿਥੋਂ ਆਜੂਗੀ ਹੁਣ ਆ ਜਿਹੜੇ ਜਾਦੂਗਰ ਆ ਇਹ ਕਈ ਕੋਈ ਦਿਖਾਉਂਦੇ ਆ ਕਨੇ ਜਾਦੂ ਵਾਲੇ ਤੇ ਜਿਹੜਾ ਪਰਮੇਸ਼ਰ ਆ ਉਹਦੀ ਮਾਇਆ ਸਮਝ ਨਹੀਂ ਬਹੁਤ ਔਖੀ ਇਹ ਅਨਰਵਚਨੀ ਆ ਜਿਹੜੀ ਬਚਨ ਦੁਆਰਾ ਕਹਿ ਕੇ ਦਸੀ ਨਹੀਂ ਜਾਂਦੀ ਜੇ ਕਹੀਏ ਸਾਤਿਆ ਤੇ ਮੇਨ ਨੂੰ ਮਾਰਨ ਤੋਂ ਬਾਅਦ ਫਿਰ ਸਰੀਰ ਕਿੱਥੇ ਗਿਆ ਜੇ ਕਹੀਏ ਸਾਤਿਆ ਤੇ ਹੈਗਾ ਵੀ ਆ ਜੇ ਸੱਤ ਸੱਤ ਦੋਨੋਂ ਕਹੀਏ ਉਹ ਵੀ ਨਹੀਂ ਕਹਿ ਜਾਂਦਾ ਫਮ ਸੱਤ ਕੋ ਉਹ ਕਿ ਅਸੱਤ ਕੋ ਇਹ ਵੀ ਕਹਿ ਨਹੀਂ ਜਾਂਦਾ ਸਵੈਵਿਆ ਨਿਰਵੈਵਿਆ ਸਵੈਵਨਿਰਵੈਵਿਆ ਤੇ ਅੰਗਾਂ ਵਾਲੀ ਆ ਅੰਗਾਂ ਤੋਂ ਬਿਨਾਂ ਉਹ ਵੀ ਨਹੀਂ ਹਾਂਜੀ ਇਸ ਵਾਸਤੇ ਪਹਿਨੇ ਆ ਆ ਪਹਿਨੇ ਆ ਪਹਿਨਾ ਪਹਿਨ ਦੋਨੋਂ ਉਹ ਵੀ ਨਹੀਂ ਗਿਆ ਜਾਂਦਾ ਇਨੋਂ ਯੋਗਤियां ਜਿਹੜੀਆਂ ਨਾਂ ਸਹਾਰੇ ਬਚਨ ਦੁਆਰਾ ਕਹਿ ਕੇ ਨਾਂ ਦਸੀ ਜਾਏ ਉਹਦਾ ਨਾਮ ਮਾਇਆ ਆ। ਅਰਜਣ ਨੇ ਕਿਹਾ ਸੀ ਨਾ ਮਾਇਆ ਦਿਖਾਓ। ਮਾਰਾ ਕਹਿੰਦੇ ਗੜਬਾ ਚੁੱਕ ਕ੍ਰਿਸ਼ਨ ਵਾਰ। ਉਹ ਦਾਤਣ ਕਰ ਰਿਹਾ ਕਹਿੰਦੇ ਤੂੰ ਇਸ਼ਨਾਨ ਕਰਿਆ। ਅਸੀਂ ਬਾਅਦ ਚ ਕਰਦੇ ਆ। ਜਿਹਲੇ ਬੜਿਆ ਮਾਇਆ ਵਰਤਾਤੀ। ਬਸ ਉਥੇ ਗੰਦਾਰਵਨਗਰ ਆਜਤਾ। ਅੱਗੇ ਗਿਆ। ਇੱਕ ਮੰਦਰ ਵਿੱਚ ਮਹਾਭਾਰਤ ਦੀ ਕਥਾ ਹੋ ਰਹੀ ਹੈ। ਜੇ ਲੋ ਦੱਸਦੇ ਆ ਪਿਆਰ ਜਣ ਇਸ ਤਨ ਤੀਰ ਚੜੇ ਸੀ ਉਹ ਯੁੱਧ ਕਰਦਾ ਸੀ। ਹਾਂਜੀ ਕਹਿੰਦਾ ਮੈਂ ਹੀ ਆਰਜਨ। ਉਹ ਕਹਿੰਦੇ ਉਹ ਕਿਉਂ ਝੂਠ ਬੋਲਣ ਡਿਆ। ਪਿਓ ਦੁਆਪਰੇ ਘਰੇ ਜਨ ਮਹਾਰਾਜ ਹੋਏ ਆ ਆਰਜਨ ਹੁਣ ਕੱਲ ਜੋ ਤੂੰ ਕਿੱਥੋਂ ਆ ਗਿਆ। ਉਹ ਨਹੀਂ ਫੜੇ ਕੁੱਟਿਆ ਬਹੁਤ। ਹਾਂਜੀ ਤੇ ਚਲੇ ਗਿਆ। ਹੈ? ਅੱਗੇ ਗਿਆ। ਉੱਥੇ ਇੱਕ ਸੁੰਭਰ ਰਚਿਆ। ਉਸੰਬਰ ਦੀ ਚਾਰ ਤੋੜੀ ਵਿਆਹ ਹੋ ਗਿਆ ਬੱਚੇ ਬੱਚੀਆਂ ਹੋ ਗਏ ਹਾਂਜੀ ਤੇ ਉਹ ਕੁਦਰ ਦੀ ਘਰ ਵਾਲੀ ਜਿਹੜੀ ਸੀ ਮਰ ਗਈ ਕਹੇ ਮੈਂ ਨਾਲ ਹੀ ਦੇ ਆਪਣੇ ਮੈਂ ਵੀ ਸਦੀ ਹੋਣਾ ਉਹ ਕਹਿੰਦੇ ਬੀਬੀਆਂ ਹੋਣੀਆਂ ਤੂੰ ਕੀ ਕਰਦਾ ਕਹੇ ਨਹੀਂ ਤੇ ਉਹ ਜਲੇ ਉਥੇ ਚੇਖਾ ਜਿਹਨੇ ਹੈ ਉਥੇ ਗੰਗਾ ਤੇ ਉਹ ਲੱਗਾ ਮਾਰ ਕੇ ਜਾਓ ਫੜ ਕੇ ਇਹਨੂੰ ਹਾਂ ਕਹਿੰਦੇ ਮਾਰਿਆ ਆਉਂਦਾ ਨਹੀਂ ਕਹਿੰਦੇ ਅਰਜਨ ਤੂੰ ਆਉਂਦਾ ਨਹੀਂ ਕ੍ਰੀਮਾ ਬੁਲਾਉਂਦੇ ਕਹਿੰਦੇ ਨਹੀਂ ਉਹਦਾ ਦੁਆਪਰ ਚੋਏ ਅਗੇ ਅਰਜਨ ਕਾ ਕੇ ਮੈਂ ਬੜੀ ਕੋਟਾ ਖਾਧੀ ਆ ਮੈਨੀਆਂ ਅਰਜਣ ਹੈ ਹਾਂਜੀ ਤੇ ਉਹ ਕਹਿੰਦੇ ਇਹਦੇ ਮੂੰਹ ਤੇ ਚ ਪੇੜ ਮਾਰੂ ਜਿਵੇਂ ਜਿਵੇਂ ਪੇੜ ਮੈਂ ਮਾਇਆ ਲੈ ਗਈ ਉੱਥੇ ਦੇਖਿਆ ਮਾਰੇ ਦਤਨ ਕਰਦੇ ਤੋਂ ਉੱਥੇ ਗੰਗਾ ਉੱਥੇ ਕਰੇ ਚਨ ਕਹਿੰਦੇ ਮਾਰਾ ਇਹ ਕੀ ਕਹਿੰਦੇ ਮਾਇਆ ਹੈ ਇਹਨੂੰ ਸਮਝਣਾ ਬਹੁਤ ਔਖਾ ਜਦੋਂ ਕਿਸੇ ਤੇ ਪੈ ਜਾਂਦੀ ਹੈ ਨਾ ਬਸ ਕਈ ਰੰਗ ਦਿਖਾਲ ਦਿੰਦੀ ਹੈ ਇਹ ਪਰ ਜਿਹੜਾ ਮਾਇਆ ਤੋਂ ਨਰਲੇਪ ਕਿਵੇਂ ਹੁੰਦਾ ਬ੍ਰਹਮ ਗਿਆਨੀ ਸਦਾ ਨਰਲੇਪ ਜੈਸੇ ਜਲ ਮੈਂ ਕਮਲ ਹਲੇ ਜਿਵੇਂ ਪਾਣੀ ਦੇ ਕਮਲ ਨਾਲ ਲੇਪਨ ਦਾ ਬਰਮ ਕਿ ਨਹੀਂ ਹੋ ਰਿਹਾਦਾ ਬਾਬਾ ਅਤਰ ਸਿੰਘ ਮਹਾਰਾਜ ਬੈਠੇ ਸੀ ਨਾ ਕੋਈ ਸੰਿਆਸੀ ਸਾਧੂ ਆ ਗਿਆ ਤੇ ਕਹਿੰਦਾ ਪੁੱਛਣਾ ਪੀ ਸੰਤ ਮਾਇ ਚ ਨਾਲ ਲੇਪ ਕਿਵੇਂ ਰੰਦੇ ਮਾਇ ਨੂੰ ਕਿਵੇਂ ਲਾਉਂਦੇ ਆ ਤੇ ਠੰਡ ਸੀ ਕੰਬਲੀ ਦੀ ਬੁੱਕਲ ਮਾਰੀ ਸੀ ਕਾਲੀ ਦੀ ਕਹਿੰਦੇ ਸੰਤ ਜਾਣੇ ਜਾਨੋ ਹੁਣ ਮੈਨੂੰ ਕੰਬਲੀ ਦੀ ਠੰਡ ਵੜੀ ਹੈ ਹਾਂਜੀ ਸੰਤ ਕਹਿੰਦਾ ਲਓ ਸੰਤੇ ਜੀ ਤਾਂ ੜਿਆ ਤੁਸੀਂ ਕੰਬਲੀ ਲੈ ਲਓ ਕਹਿੰਦੇ ਮਾਰਨ ਨਹੀਂ ਤੁਸੀਂ ਰੱਖੋ ਕਹਿੰਦੇ ਨਾਇ ਸਾਧਾ ਮੰਗੀ ਜਨਾਂ ਨੇ ਤਿਆਗੀ ਬਣਨਾ ਕਹਿੰਦੇ ਜਿਵੇਂ ਕੰਬਲੀ ਲਾ ਕੇ ਤੈਨੂੰ ਫੜਾਤੀ ਨਾ ਬ੍ਰਹਮ ਗਿਆਨੀ ਐਵੇਂ ਮਾਇਆ ਲਾ ਕੇ ਪਰੇ ਰੱਖ ਦੰਦੋ ਦੁਆਹ ਪਰਿਸ਼ਨਨ ਉੱਤਰ ਦੇਤਾ ਮਹਾਂਪੁਰਖ ਨੇ ਇਸ ਕਰਕੇ ਜਿਹੜਾ ਗਿਆਨਵਾਨ ਆ ਉਹ ਬਚਦਾ ਬਾਕੀ ਜਿੰਨਾਂ ਸੰਸਾਰੇ ਮਾਈ ਮਾਇਆ ਛਲ ਤੇਨ ਕੀ ਅਗਨ ਮੇਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ ਇਸ ਸਰਪਣੀ ਉੱਪਰ ਨਹੀਂ ਕੋ ਬਲੀਆ ਜਨ ਬ੍ਰਹਮਾ ਬੇਸ਼ਨ ਮਹਾਦੇਉ ਛਲੇ ਜਾਂ। ਨਗਤੀ ਕੋ ਠਾਨਗਨ ਬਾਂਡਾ ਡੂ ਕਿਨ ਬਵੇਕੀ ਕਾਟੀ ਤੂੰ। ਸਗਲਿਆਂ ਕੀ ਇਹ ਬਹਿਨ ਭਾਨ ਜੀ ਜਿਨੇ ਬਰੀ ਤਿਸ ਚੇਰੀ। ਹਾਂਜੀ। ਤੇ ਇਸ ਕਰਕੇ ਸਾਧੂ ਕੇ ਠਾਡੀ ਦਰਬਾਰ। ਉਹਨੇ ਦਰਬਾਰ ਵਿੱਚ ਆ ਕੇ ਸੇਵਾ ਲਈ ਧੰ ਗੁਰੂ ਨਾਨਕ ਸਾਹਿਬ ਤੋਂ 48 ਕੋ ਪਰੇ ਰਹਿੰਦੀ। ਬੜੀਆਂ ਬੇਨਤੀਆਂ। ਤੇ ਗੁਰੂ ਅੰਗਦ ਸਾਹਿਬ 36 ਇਹ ਗੁਰੂ ਵਰਦਾ ਸਾਗਾ ਹਾਂਜੀ ਫਿਰ ਨੇਲੇ ਗੁਰੂ ਰਾਮਦਾਸ ਚਾਰੇ ਦਰਵਾਜੇ ਦਰਵਾਜ਼ਾ ਹਾਂਜੀ ਯਿਸੂ ਆਸਤੇ ਤੇਰਾ ਗਿਆਨ ਬਣਿਆ ਉਹ ਤਾਂ ਨਰਲੇ ਪਿਆ ਦੀ ਬਾਕੀ ਜਿੰਨਾ ਸੰਸਾਰ ਆ ਕੋਈ ਦੇ ਜਾਲ ਚ ਜੜ ਔਰ ਚੇਤਨ ਦੁਆ ਰੂਪਾਂ ਚ ਫਸਿਆ ਹੋਇਆ ਜਿੱਤੇ ਕਿਰਪਾ ਹੁੰਦੀ ਉਹ ਨਿਕਲਦਾ ਤੇ ਜਿਹੜਾ ਇਸ ਅਵਸਥਾ ਦਾ ਮਾਤਮ ਮਾਲਕ ਬਣ ਜਾਂਦਾ ਉਹਦੇ ਅੰਦਰ ਸ਼ਾਂਤੀ ਆ ਜਾਂਦੀ ਹੈ ਉਹ ਸੈ ਸਿਕਰਤੀ ਦੇ ਸ਼ਲੋਕਾਂ ਵਿੱਚ ਸਾਰਾ ਦੱਸਿਆ ਸੰਤਾਂ ਬਾਰੇ ਨਾ ਸੀਤਲੰਗ ਚੰਦਰ ਦੇਵ ਨੇ ਨਾ ਸੀਤਲੰਗ 52 ਚੰਦਨ ਕਹਿੰਦੇ ਚੰਦਿਆ 52 ਚੰਦਨ ਇਹ ਸਿਆਲ ਤੇ ਤਿੰਨੇ ਠੰਡੇ ਹੋ ਜਾਂਦੇ ਹਾਂ ਹਾਂਜੀ ਤਿੰਨੇ ਠੰਡੇ ਪ੍ਰਾਰਥ ਮੰਨੇ ਪਰ ਇਹਨੀ ਠੰਡ ਜਿਹੜੀ ਹੈ ਅਸਰ ਸੀ ਜਿਹੜੇ ਤੇ ਵੀ ਰੰਦਾ ਮਨ ਦੀ ਅਗਨੀ ਬਝਾਉਂਦੇ ਜਿਹੜੀ ਵਿਛੋੜੇ ਦੀ ਆਗਿਆ ਉਹਨੂੰ ਠੰਡਾ ਨਹੀਂ ਕਰਦੇ ਤੇ ਉਹ ਸ਼ੀਤਲਤਾ ਜਿਹੜੀ ਜਿਹੜੀ ਮਨ ਤੇ ਅਸਰ ਕਰੇ ਉਹ ਕਹਿੰਦੇ ਸੰਤਾਂ ਦੇ ਕੋਲ ਹੈ ਜਿਹੜੇ ਸੰਤਾਂ ਕੋਲ ਜਾਉਂਦੇ ਸਾੜੂ ਦੇ ਬਲਦੇ ਹੁੰਦੇ ਆ ਉਪਦੇਸ਼ ਹੁੰਦੇ ਆ ਮਨ ਸ਼ਾਂਤ ਹੋ ਜਾਂਦਾ ਸੱਚੀ ਠੰਡ ਜਿਹੜੀ ਹੈ ਨਾ ਸੰਤਾਂ ਤੋਂ ਪ੍ਰਾਪਤ ਹੁੰਦੀ ਹੈ ਕਿਉਂ ਨਾ ਇਹ ਸਾਧ ਸੰਗਤ ਨਾਲ ਪਾਪ ਦੂਰ ਹੁੰਦੇ ਆ ਪ੍ਰੇਮ ਵੱਧ ਜਾਂਦਾ ਪਰਮਾਤਮਾ ਮਿਲ ਜਾਂਦਾ ਇਸ ਵਾਸਤੇ ਅਸਲੀ ਜਿਹੜੀ ਠੰਡੀ ਵਸਤੂ ਉਹ ਸੰਤ ਮਹਾਤਮਾ ਉਹਨਾਂ ਦੇ ਅੰਦਰ ਸ਼ਾਂਤੀ ਹੁੰਦੀ ਹੈ। ਬਾਬਾ ਜੀ ਵਾਲਾਂ ਤੁਸੀਂ ਬੈਠੇ ਸੀ ਕੋੜਿਆਂ ਵਾਲਾ ਗੁਰਵਚਨ ਸਿੰਘ ਜੀ ਨਾ ਉਹ ਲਾਪਿਆਂ ਗਾਲਾਂ ਘੜੇ ਸਿੱਧਾ ਹੀ ਨਾਂ ਲੈ ਕੇ ਤੂੰ ਲੋਕਾਂ ਦੇ ਮੁੰਡੇ ਪੱਟੀ ਜਾਣਾ ਐ ਹੋ ਫਲਾਨਾ ਤੇ ਮੁਗੜਾ ਬਾਹਰੇ ਬੈਠਿਆ ਤੇ ਬਾਬਾ ਤਰਲੋਕ ਸਿੰਘ ਜੀ ਆ ਗਏ ਕਹਿੰਦੇ ਮਹਾਰਾ ਹੁਣ ਜਿਹੜਾ ਕਿਹੜਾ ਦੇਖਦਾ ਹੀ ਨਹੀਂ ਜੋ ਮਰ ਜੀ ਹਾਂ ਜੀ ਕਹਿੰਦੇ ਲੋਕ ਸੰਤੂਖ ਵਾਲੇ ਕਰਦਾ ਇਹਨੇ ਮੇਰੇ ਤੇ ਗੁੱਸਾ ਕਰਨ ਕਿਤੇ ਕਰੇ ਇਸ ਤਰ੍ਹਾਂ ਬਾਬਾ ਉਤਰ ਸਿੰਘ ਮਹਾਰਾਜ ਕੋਈ ਇਹਨੇ ਇੱਕ ਵਾਰੀ ਬਹੁਤ ਗਾਲਾਂ ਕਢੀਆਂ ਬਹੁਤ ਬੋਲਿਆ ਉਹ ਜੋ ਕਰੇ ਫੇਰ ਹੁਣ ਗਾਲਾਂ ਵੀ ਮੋਕ ਜਣੀਆਂ ਕਿੰਨੀਆਂ ਕ ਕੱਢੂਗਾ ਇਹਦੇ اندرੋਂ ਕੱਢੀ ਜਾਂਦਾ ਮੋਕ ਜਣੀਆਂ ਉਹ ਵੀ ਫੇਰ ਚੁੱਪੇ ਹੀ ਹੋਣਾ ਹੈ ਕਹਿੰਦੇ ਮਾਰਾ ਬੜੀਆਂ ਗਾਲਾਂ ਕਢੀਆਂ ਤੁਸੀਂ ਹੁਕਮ ਨਹੀਂ ਦਿੰਦੇ ਇਹਨੂੰ ਸੋਧਾ ਲਾਉਂਦੇ ਅੰਦੇ ਨੇ ਵੀ ਕਾਲਜੋਗ ਅਗਾਂ ਲੈਣਾ ਆਇਆ ਸੀ ਸਾਡੇ ਕੋਲ ਅਗਾਂ ਹੈ ਨਾ ਅਗਾਂ ਲੈਣਾ ਆਇਆ ਸੀ ਕਾਲਜੋਗ ਕਰੋ ਸਾਡੇ ਕੋਲ ਹੈ ਨਹੀਂ ਹੈ ਕਿਉਂਕਿ ਜਿਨ ਮਿਲ ਮਾਰੇ ਪੰਜ ਸੂਰ ਵੀ ਰੈ ਸੋ ਕੌਣ ਬਲੀ ਰੈ ਜਿਨ ਪੰਜ ਮਾਰ ਬਦਾਰ ਗਦਾਰੇ ਸੋ ਪੂਰਾ ਇਸ ਕਲੀ ਰੈ ਜਿਨ ਪੰਜਾਂ ਨੂੰ ਖਤਮ ਕਰਦਾ ਉਹ ਪੂਰਾ ਸੰਤ ਹੈ ਸੋ ਇਸ ਵਾਸਤੇ ਕਹਿੰਦੇ ਆ ਚੰਦਨ ਚੰਦਨ ਸਰਦ ਰਤ ਮੂਲ ਨਾ ਮਿੱਟੀ ਕਾਮ ਸੀਤਲ ਥੀ ਬੈ ਨਾਨਕਾ ਜੋ ਪੰਦੜੋ ਹਰ ਨਾਮ ਚੰਦਨ ਵੀ ਠੰਡਾ ਹੈ ਜੰਦ ਵੀ ਠੰਡਾ ਹੈ ਹਾਂਜੀ ਤੇ ਇਸ ਤਰ੍ਹਾਂ ਹਾਂ ਇਹ ਚੀਜ਼ਾਂ ਸਿਆਲ ਦੀ ਰੁੱਤ ਵੀ ਠੰਡੀ ਹੈ ਪਰ ਇਹ ਠੰਡਿਆ ਅੰਦਰ ਬੰਦੇ ਦੇ ਸਾੜਾ ਲਗਾ ਰਿਹਾ ਨਾ ਕ੍ਰੋਧ ਦੀ ਆਗਿਆ ਈਰਖਾ ਦੀ ਆਗਿਆ ਹੋਰ ਕਈ ਅੱਗਾਂ ਹੈਗੀਆਂ ਹਾਂਜੀ ਪਰ ਜੇਲੇ ਸੰਤ ਮਹਾਤਮਾ ਹੋ ਜਾਓ ਉਹਨਾਂ ਕੋ শীতল ਕਰਨ ਲਈ ਕੀ ਚੀਜ਼ ਹੈ ਨਾਮ ਦੀ ਬੂਟੀ ਹੈ ਮਹਾਰਾਦਸ਼ ਪਾਸ਼ਾ ਕਥਾ ਕਰਦੇ ਸੀ ਇਕ ਜੱਟ ਨਾਲ ਸਾਧੂਆਂ ਨੂੰ ਬੈਠਾ ਪਿੰਡੇ ਨੂੰ ਪੂਤਾ ਮਿਲਿਆ ਤੇ ਸੋਤਰਾ ਵੀ ਵਿੱਚ ਸੀ ਸੋਧਰੇ ਨੇ ਮਾਲਕ ਦੇਣੀਆਂ ਚੁੰਡੀ ਵੜਤੀ ਉਹਨੇ ਉਹ ਦੇਖਿਆ ਸੋਤਰਾ ਐ ਮੱਖਾਂ ਮੀਟ ਕੇ ਗੱਲ ਕੁਝ ਮਿੰਟਾਂ ਮੈਂ ਫੇਰ ਕਰਤਾ ਤੇ ਗਰੋਚ ਆਵੇ ਚੰਗੀ ਸੰਗਤ ਮੈਂ ਕਥਾ ਸੁਣਦੇ ਮਾਰੇ ਕਥਾ ਲੱਗ ਗਿਆ ਕੋਣ ਕਰੀ ਜਾਂਦਾ ਸ਼ਰਾਬ ਤੀਜੀ ਵਾਰੀ ਫੇਰ ਫੇਰਦਾ ਖੜਾ ਹੋ ਗਿਆ ਕਹਿੰਦੇ ਮਾਰਾ ਕਾਂਦੀ ਤੁਹਾਡੀ ਸੰਗਤ ਮੇਰੇ ਚੁੰਡੀਆਂ ਵੱਢੀ ਜਾਂਦੀ ਕਥਾ ਵੀ ਨਹੀਂ ਸੁਣ ਲੈਂਦੇ ਮਾਰੇ ਕਹਿੰਦੇ ਕੋਣ ਹੈ ਸੰਗਤ ਕਹਿੰਦੇ ਮਾਰਾ ਸੁਤਰਾ ਇਹੋ ਜਿਹਾ ਕੰਮ ਕਰਦਾ ਹੁੰਦਾ ਸੁਤਰੇ ਨੇ ਕਿਹਾ ਤੂੰ ਕਿਤਾ ਕਹਿੰਦੇ ਹਾਂ ਜੀ ਕਹਿੰਦੇ ਤੂੰ ਇਹ ਕਿਉਂ ਕੀਤਾ ਕਹਿੰਦੇ ਮੈਂ ਦੇਖਦਾ ਵੀ ਸੁਆਹ ਚ ਆ ਗਿਆ ਹੈਗੀ ਹੈ ਕਿ ਨਹੀਂ ਪਿੰਡੇ ਨੂੰ ਸੁਆਹ ਮਿਲੀ ਹੈ ਕਿ ਅੰਦਰ ਅੱਗ ਹੈਗੀ ਕਿ ਨਹੀਂ ਕਹਿੰਦੇ ਅੰਦਰ ਨਾਲੇ ਪੰਬੜ ਵੱਲਦੇ ਆ ਓਕੇ ਤਾਂ ਨਾ ਸ਼ੀਤਲਦਾਸ ਸੀਨ ਉਹ ਜਾ ਕਹਿੰਦੇ ਮਾਰਾ ਤੁਹਾਡਾ ਨਾਮ ਕੀ ਹੈ ਸ਼ੀਤਲਦਾਸ ਥੋੜੇ ਮਿੰਟਾਂ ਮੇ ਫੇਰ ਤੇਰਾ ਨਾਂ ਕੀ ਹੈ ਸੀਤਲਦਾ ਤੀਜੀ ਵੀਰ ਚੱਕ ਕੇ ਚਮਟਾ ਧੋੜਾ ਤਾਂ ਕੁਝ ਕਹਤਾ ਸੀਤਲਦਾਸ ਕਹਿੰਦੇ ਮੈਂ ਤਾਂ ਸੀਤਲਦਾ ਤੂੰ ਤਾਂ ਪੰਬੜਦਾਸ ਆ ਨਾ ਰਖੋ ਨਾ ਸੀਤਲ ਨਹੀਂ ਨਾ ਜਿਨ੍ਹਾਂ ਚ ਰੰਦਰ ਸ਼ਾਂਤੀ ਨਹੀਂ ਆਉਂਦੀ ਇੱਕ ਬਰੀਆ ਬੀਬੀ ਦਇਆਕਰ ਹੁੰਦੀ ਇਹਨ ਮਾਰੇ ਨੂੰ ਐੇ ਭੈੜੇ ਬਚਨ ਬੋਲੇ ਜਿਹੜੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਬੀਬੀਆਂ ਬੈਠੀਆਂ ਤੇ ਬਾਬਾ ਤਰਲੋਕ ਸਿੰਘ ਫੇਰ ਗਰਮ ਹੋ ਗਿਆ ਖਾਜ ਖੜਗੜ ਕਹਿੰਦੇ ਇਹ ਕੀ ਗਦੂਤੀ ਹੈ ਇੱਥੇ ਹਾਂੀ ਸਾਬਾ ਸੰਗਤ ਨਹੀਂ ਦੇਦੀ ਲੋਕ ਕੀ ਜਾਣਗੇ ਤੇ ਮਾਰੇ ਦੇਖੋ ਠੰਡ ਗਿਨੀ ਬਾਬੇ ਤੈਨੂੰ ਗੁੱਟ ਫੜ ਲਿਆ ਕਹਿੰਦੇ ਤੂੰ ਲੋਕਾਂ ਨੂੰ ਗੱਲ ਕਰੀ ਜਾਂਦਾ ਇਹ ਤਾਂ ਪਿਛਲੇ ਜਨ ਮੇਰੀ ਮਾਇਆ ਜੋ ਮਰਜੀ ਮੈਨੂੰ ਕਹੇ ਐਨਾ ਕਹਿ ਕੇ ਠੰਡਾ ਕਰਦਾ ਬਦਲ ਉਹਨਾਂ ਦੇ ਅੰਦਰ ਇੰਨੀ ਸ਼ਾਂਤੀ ਹੁੰਦੀ ਹੈ ਪੰਜਵੇਂ ਵਾਹ ਤੱਤੀ ਜਿਵੇਂ ਬੈਠੇ ਰੇਤਾ ਪੀ ਜਾਂਦਾ ਫੇ ਵੀ ਠੰਡੇ ਫੇ ਵੀ ਸ਼ਾਂਤ ਆਸੀਂ ਡਨ ਲੁੱਪ ਦੇ ਗੱਦਿਆਂ ਤੇ ਪੈ ਵੀ ਸੜੀ ਜਾਂਦੇ ਮੱਚੀ ਜਾਂਦੇ ਹਰ ਵੇਲੇ ਇਕ ਦੋਨ ਮੇਨੇ ਮਾਰੀ ਜਾਣੇ ਇੱਕ ਦੋਨ ਵਾਲਾ ਮੇਦੇ ਹੀ ਜਾਣੇ ਪਰ ਉਹ ਨਹੀਂ ਉਹਨਾਂ ਨੇ ਅਲਾਹ ਨੂੰ ਮੈਂ ਕਾਹ ਨੂੰ ਦਿਓ ਕਿਸੇ ਨੂੰ ਲਾਮਾ ਦਿੱਤਾ ਪੰਜਵੇਂ ਪਾਪਛਨ ਉਹ ਕਹਿੰਦੇ ਉਹਦਾ ਪਾਣਾ ਆ ਤੇਰਾ ਪਾਣਾ ਮਿੱਠਾ ਲੱਗਿਆ ਨਾਮ ਪਦਾਰਥ ਨਾਨਕ ਮੰਗੇ ਇਹ ਸਬਕ ਸਿਖਾਇਆ ਇਸ ਕਰਕੇ ਕਹਿੰਦੇ ਐ ਨਾ ਸ਼ੀਲੰਗ ਸੀਤ ਰਤੈਣ ਜਿਹੜੀ ਠੰਡ ਦੀ ਰੋਤਿਆ ਨਾ ਉਹਦੇ ਚ ਵੀ ਠੰਡ ਨਹੀਂ ਅੰਦਰ ਆਉਂਦੀ ਉਦੋਂ ਵੀ ਗਰਮੀ ਬਣ ਜਾਂਦੀ ਏ ਇਹ ਜਿਹੜੇ ਪੰਜੀ ਬੁਕਾਰਿਆ ਇਹ ਛੱਡਦੇ ਨਹੀਂ ਜਾਣ ਨਾਨਕ ਸੀਤਲੰਗ ਸਾਧ ਸਵਜਨ ਜਿਹੜੇ ਸਾਧੂ ਸੱਜਣ ਪੁਰਸ਼ ਮਹਾਤਮਾ ਆ ਉਹ ਉਹਨਾਂ ਕੋ ਅਸਲੀ ਸੀਤਲ ਵਸੂਆ ਉਹ ਮਹਾਤਮਾ ਆ ਹਾਂਜੀ ਤੇ ਇਸ ਮਹਾ ਆਤਮਾ ਉਹਨਾਂ ਦੀ ਮਹਾਨ ਆਤਮਾ ਆਤਮਾ ਦਾ ਸਾਰੇ ਜੇ ਉਹ ਮਹਾ ਮਾਤਮਾ ਬਣ ਜੇ ਮਹਾਨ ਆਤਮਾ ਵਾਲੇ ਬਣ ਜਾਂਦੇ ਜਿਹਨਾਂ ਕੋ ਸੀਤਲ ਕਰਨ ਵਾਲੀ ਚੀਜ਼ ਕੀ ਆ ਪਰਮੇਸ਼ਰ ਦੇ ਨਾਮ ਰੂਪੀ ਬੂਟੀ ਹੈ ਇਹ ਬੂਟੀ ਮਨ ਨੂੰ ਸ਼ਾਂਤ ਕਰਦੀ ਹੈ ਸਭ ਲੜਿਆ ਹੋਵੇ ਬੂਟੀ ਜ਼ਹਿਰ ਉਤਾਰ ਦਿੰਦੀ ਨਾ ਇਹ ਨਾਮ ਦੀ ਬੂਟੀ ਜਿਹੜੀ ਜ਼ਹਿਰ ਉਤਾਰ ਦਿੰਦੀ ਹੈ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨ ਹੈ ਕਹਿੰਦੇ ਸੰਤਾਂ ਦਾ ਜਿਹੜੇ ਐਸੇ ਸੰਤ ਆ ਉਹਨਾਂ ਦਾ ਲੱਛਣ ਕੀ ਆ ਉਹਨਾਂ ਮਹਾਂਪੁਰਖਾਂ ਬਾਰੇ ਦੱਸੋ ਜਿਹੜੇ ਗਿਆਨਵਾਨ ਜਿਨ੍ਹਾਂ ਹੀ ਤੁਸੀਂ ਸਿਫਤ ਕਰਦੇ ਆਂ ਯਨਨ ਤੋਂ ਇਹ ਕਹਨੇ ਸੰਤ ਚਾਰਨ ਮਾਥਾ ਮੇਰੇ ਬਹੁਤ ਅਨਕ ਵਾਰ ਸੰਤਾ ਡੰਡੋਤ ਕਹਿੰਦੇ ਮੇਰਾ ਮੱਥਾ ਸੰਤਾਂ ਦੇ ਚਰਨਾਂ 'ਚ ਝੁਕੇ ਮੈਂ अनेका ਮਰੀ ਡਡੋਤ ਕਰਦਾ ਮਹਾਰਾਜ ਕਹਿੰਦੇ ਕਹਿੰਦੇ ਐਸੇ ਸੰਤ ਜਿਹੜੇ ਆ ਉਹੋ ਤੇ ਜਿਹੜੇ ਦੂਜੇ ਆ ਉਹੋ ਜੇ ਪੇਖੀ ਉਹਨਾਂ ਨੂੰ ਵੀ ਕਬੀਰ ਸਾਹਿਬ ਨੇ ਕਿਹਾ ਨਾ ਐਸੇ ਸੰਤਨ ਮੋਕੋ ਭਾਵੈ ਡਾਲਾ ਸੋ ਪੇਡਾ ਘੜਕਾਵਾ ਹਾਂਜੀ ਉਹ ਵੀ ਆ ਗਏ ਹਰ ਕੇ ਸੰਤ ਨਾਖੇ ਬਨਾਰਸ ਕੇ ਠਗ ਉਹ ਕਵੀਰ ਸਾਹਿਬ ਦੀ ਸੰਗ ਦਾਜੀ ਸੀ ਨਾ ਹੈਗੇ ਠੱਗ ਸੀ ਭੇਖ ਸਾਧਨ ਦਾ ਬਣਾਇਆ ਟਿੱਕੇ ਚ ਕਹਿੰਦਾ ਮਾਲਾ ਪਾਈਆਂ ਹੈ ਉਹ ਜਨਾਨ ਕਰਨ ਲੱਗੇ ਕਹਿੰਦੇ ਮਾਰੇ ਕੱਪੜਿਆਂ ਧਿਆਨ ਰੱਖਿਓ ਉਹ ਵਿਚਾਰੇ ਜਨਾਨ ਕਰਨ ਲੱਗ ਪਿਓ ਸਾਰਾ ਮਲ ਮੱਤਾ ਲੈ ਕੇ ਕਹਿ ਸਗਾ ਜਿਵੇਂ ਕਵੀਰ ਸਾਹਿਬ ਕੋਲ ਕਹਿੰਦੇ ਸੁਣਾਓ ਕਹਿੰਦੇ ਮਾਰਾ ਐਵੇਂ ਹੋਈ ਕਹਿੰਦੇ ਉਹ ਸੰਤ ਥੋੜੀ ਉਹ ਬਨਾਰਸ ਦੇ ਠੱਗ ਸੀ ਤੂੰ ਹੀ ਠੱਗੇ ਗਿਆਂ ਹੋਂ ਠਗਵਾੜਾ ਠੱਗੀ ਦੇਸ ਇਸ ਤਰ੍ਹਾਂ ਵੀ ਭੇਖ ਬਹੁਤ ਵੱਡ ਜਾਂਦੇ ਆ ਪੁਲਿਸ ਵਾਲੇ ਜੀ ਨੇ ਸੀਆਈਡੀ ਕਰਨੀ ਉਹ ਵੀ ਇਹ ਰੂਪ ਧਾਰ ਲੈਂਦੇ ਆ ਕਹਿੰਦੇ ਹੰਗਾ ਸਾਂ ਬਾਣੇ ਪਾਲ ਲੈਂਦੇ ਆ ਕਿ ਭਗਵੇਂ ਪਾਲ ਲੈਂਦੇ ਆ ਹਾਂਜੀ ਪਰ ਇਹ ਆ ਜਿਹੜੇ ਸੱਚੇ ਆ ਉਹਨੂੰ ਲੋੜ ਨਹੀਂ ਪੈਂਦੀ ਉਹਨਾਂ ਦਾ ਲੱਛਣ ਕੀ ਹੈ ਮੰਤਰੰਗ ਰਾਮ ਰਮ ਨਾਮ ਉਹਨਾਂ ਦਾ ਮੰਤਰ ਕੀ ਹੈ ਰਾਮੇ ਹੋਏ ਰਾਮ ਦਾ ਨਾਮ ਜਪਣਾ ਇਹ ਉਹਨਾਂ ਦਾ ਮੰਤਰ ਹੈ ਧਿਆਨ ਉਹਨਾਂ ਦਾ ਕੀ ਹੈ ਇਕ ਤਾ ਪ੍ਰਤੀਕ ਆਪਾਸ਼ ਨਹੀਂ ਹੁੰਦੀ ਇੱਕ ਅਹੰਗਰੇ ਹੁੰਦੀ ਪ੍ਰਤੀਕ ਹੁੰਦੀ ਹੈ ਇੱਕ ਚੀਜ਼ ਵਿੱਚ ਮਨ ਨੂੰ ਟਿਕਾ ਕੇ ਬਿਰਤੀ ਜੋੜਨੇ ਜਿਵੇਂ ਕੋਈ ਫੋਟੋ ਦਾ ਕਰ ਲੈਂਦੇ ਆ ਕਈ ਮੂਰਤੀ ਦਾ ਕਰਦੇ ਆ ਉਹ ਪ੍ਰਤੀਕ ਆਪਾਸ਼ਨਾ ਹੈ ਇਦਾਂ ਜਿਵੇਂ ਬੱਚੇ ਦਾ ਊੜੇ ੜ ਦੀ ਪੜਾਈ ਨਾ ਐਉਂ ਜੇ ਜਿਵੇਂ ਬੱਚਾ ਆ ਉਹਨੂੰ ਉਵੇਂ ਕਹੇ ਵੀ ਰੱਬ ਬਿਆਪਾ ਕੋ ਉਹਨੂੰ ਸਮਝਣਾ ਨਹੀਂ ਜੇ ਉਹਨੂੰ ਕਹੇ ਫੋਟੋ ਆ ਰੱਬ ਆ ਉਹ ਫੇ ਮੰਨ ਟਿਕ ਜਾਂਦਾ ਫੋਟੋ ਉਹ ਕੁੜਾ ਬਾਬਾ ਫੇਲੇੰਪਰੇ ਅੰਬਰੀਆਲੇ ਨੂੰ ਤਾਂ ਕਹਿਨੇ ਪੈਣਾ ਹਾਂਜੀ ਕਿ ਊੜਾ ਊਠ ਈਡੀਅਟ ਨਾਲ ਫੋਟੋ ਹੋਊਗੀ ਤੇ ਫਿਰ ਦੇਖ ਕੇ ਜਿਹੜੇ ਊਠ ਦੀ ਫੋਟੋ ਹੁੰਦੀ ਨਾਲ ਉਹ ਦੇਖਦਾ ਊਠ ਆਹਾ ਹਾਥੀ ਆਥੀ ਜਿਹਲੇ ਨਾਲ ਫੋਟੋ ਦੇਖੀ ਹੁੰਦੀ ਉਹਨੂੰ ਪਤਾ ਲੱਗ ਜਾਂਦਾ ਇਹ ਪਹਿਲੀ ਪੜਾਈ ਆ ਹਾਂਜੀ ਤੇ ਜਿਉਂ-ਜਿਉਂ ਬਿਰਤੀ ਉੱਚੀ ਹੁੰਦੀ ਹੈ ਹਾਂ ਕਲਾਸਾਂ ਵੀ ਟੀਚਰ ਵੀ ਬਦਲੀ ਜਾਂਦੇ ਐ ਸਿਲੇਬਸ ਵੀ ਬਦਲੀ ਜਾਂਦੇ ਐ ਇਸ ਤਰ੍ਹਾਂ ਹੀ ਦਰ ਹੈਗਾ ਵੀ ਮਹਾਂਪੁਰਖ ਸਾਰਿਆਂ ਨੂੰ ਇੱਕਦਮ ਥੋੜੀ ਹੁੰਦਾ ਵੀ ਨਾਮ ਜਪੋ ਹਾਂਜੀ ਉਹ ਆਪਣੇ ਮੰਦਰ ਤੋਂ ਖੇਤੀ ਵਾਲੇ ਹੁੰਦੇ ਸੀ ਕਹਿੰਦੇ ਮਾਰਾ ਮੈਨੂੰ ਵੀ ਨਾਮ ਦੇ ਦਿਓ ਕਹਿੰਦੇ ਲੰਗਰ ਪਾਣੀ ਛਕ ਲਿਆ ਜਲਪਣੀ ਕਹਿੰਦੇ ਛਕ ਲਿਆ ਕਹਿੰਦੇ ਜ ਆ ਸਵੇਰੇ ਹਾਲ ਵੀ ਪਾਉਣ ਜਾਣਾ ਇਹ ਹੀ ਨਾਮ ਆ ਇਹ ਹੀ ਨਾਮ ਆ ਪਤਾ ਨਹੀਂ ਵੀ ਹਲੇ ਨਾਮ ਮਸ਼ਹੂਰਤੀ ਜੁੜਨੀ ਨਹੀਂ ਅਸੀਂ ਕਹੀ ਜੇ ਨਾਮ ਜਪੋ ਇੰਜ ਨੂੰ ਹੁਣ ਅੰਮ੍ਰਿਤ ਛਕਿਆ ਨਹੀਂ ਨਾਮ ਲਿਆ ਨਹੀਂ ਸਿੱਧਾ ਕਿਵੇਂ ਉਹਨਾਂ ਨੂੰ ਚਾਹੀਦਾ ਜੋੜੇ ਛਾੜੋ ਛਾੜੂ ਫੇਰੋ ਕੋਚਾ ਲਾਓ ਭਾਂਡੇ ਮੰਜੋ ਬਾਣੀ ਪੜੋ ਸਤਸੰਗ ਕਰੋ ਹੌਲੀ ਹੌਲੀ ਜਿਹੜੇ ਹਿਰਦਾ ਸ਼ੁੱਧ ਹੋ ਫੇਰ ਨਾਮ ਜਪਿਆ ਸਫਲ ਹੁੰਦਾ ਨਹੀਂ ਤਾਂ ਆਵੇ ਤਲਵਾਰਾਂ ਜਾਂ ਮੰਤਰੰਗ ਰਾਮ ਰਾਮ ਨਾਮ ਉਹਨਾਂ ਮਹਾਂਪੁਰਖਾਂ ਦਾ ਮੰਤਰ ਕੀ ਹੈ ਰਾਮ ਰਾਮ ਰਮਿਓ ਹੈ ਰਾਮ ਇਕਮ ਉਸ ਤਾਂ ਨਾ ਹੁੰਦਾ ਹੀ ਕਹਿੰਦੇ ਮਹਾਰਾਜ ਕਿਹੜਾ ਨਾਮ ਜਪਿਆ ਕਰੀਏ ਉਹ ਕਹਿੰਦੇ ਰਾਮ ਰਾਮ ਜਪੀ ਜਾ ਕਰ ਕਹਿੰਦੇ ਜੀ ਤੇ ਸਾਰੇ ਜਪਦੇ ਆ ਕਹਿੰਦੇ ਝੂਠਾ ਹੋ ਗਿਆ ਤਾਂ ਨਾ ਜਪੀ ਇਹ ਸਾਰਿਆਂ ਦੇ ਕਹਿਣਾ ਝੂਠਾ ਹੋ ਗਿਆ ਫੇਰ ਤੂੰ ਨਾ ਕਰੀਂ ਪਰਮੇਸ਼ਰ ਦਾ ਨਾਮ ਤਾਂ ਉਹੀ ਰਹਿਣਾ ਉਹੀ ਬਾਣੀ ਆ ਉਹੀ ਉਹੀ ਭੋਜਨ ਖਾਣਨੇ ਆ ਉਹੀ ਪਾਣੀ ਪੀਣਨੇ ਉਹੀ ਹਵਾ ਨਾਲ ਸਵਾਸ ਲੈਣਨੇ ਉਹੀ ਸੁੰਦੇ ਜੰਗ ਦੀ ਕਿਰਿਆ ਕਰਦੇ ਆ ਤੇ ਪਰਮੇਸ਼ਰ ਦਾ ਨਾਮ ਰੋਜ਼ ਕੋਈ ਨਵਾਂ ਥੋੜੀ ਹੋ ਜਾਂਦਾ ਨਾਮ ਤਾਂ ਉਹ ਹੀ ਆ ਹਾਂਜੀ ਪਰ ਕਮਾਈ ਦੀ ਗੱਲ ਹੈ ਧਿਆਨ ਅੰਗ ਸਰਬੱਤਰ ਪੂਰਨ ਉਹ ਅਹੰਗਰੇ ਪਾਸ਼ਨਾ ਕਰ ਉਹਨਾਂ ਨੇ ਧਿਆਨ ਸਰਬੱਤਰ ਹਰ ਜਰਰੇ ਜਰਰੇ 'ਚ ਪ੍ਰਮਾਤਮਾ ਦੇਖਦੇ ਆ ਬਰਾਟ ਵਿੱਚੋਂ ਚਲੇ ਜਾਂਦੇ ਆਂ ਪਹਿਲੀ ਅਵਸਥਾ 'ਚ ਤਾਂ ਇਵੇਂ ਕਰਨਾ ਪੈਂਦਾ ਜਿਉਂ-ਜਿਉਂ ਵਰਤੀ ਉੱਚੀ ਹੁੰਦੀ ਹੈ ਉਹਨਾਂ ਨੂੰ ਫਿਰ ਸਾਰਿਆਂ 'ਤੇ ਨਜ਼ਰ ਆਉਂਦਾ ਬਾਬਾ ਅਤਰ ਸਿੰਘ ਮਹਾਰਾਜ ਹਨ ਉਦੋਂ ਦੱਗੇ ਕਾਹਨੇ ਜਗਾੜਦੇ ਹੁੰਦੇ ਸੀ ਉਹ ਫੇ ਬਾਈ ਹਟ ਜਾਂਦੀ ਐ ਹੁਣ ਤਾਂ ਆਪਾਂ ਐਨਾ ਟੈਮੇ ਨਹੀਂ ਪਿਆ ਵਾਲਾ ਦੇ ਲਈ ਐ ਕਨੇ ਉਦੋਂ ਮਿਹਨਤ ਕਰਦੇ ਸੀ ਉਹ ਫੇ ਕੜਿਆ ਜਿਹੜਾ ਖਰਾਬ ਹੀ ਨਹੀਂ ਕਰਦਾ ਉਹਦੇ ਤੇ ਉਹ ਮੋਰੀਆਂ ਵਾਲੀ ਤੋੜੀ ਜੇ ਮਾਰ ਦਿੰਦੇ ਮੁੰਡੀ ਜਾਂਦਾ ਨੰਗਾ ਰੱਖਣਾ ਇਹ ਬਿੱਲੀਆਂ ਜਾਨਵਰ ਜਿਹੜੇ ਸ਼ੈਤਾਨ ਨੇ ਹਾਂਜੀ ਉਹ ਐਵੇਂ ਲੰਮੀ ਜੀ ਵੀ ਕਰਕੇ ਐਵੇਂ ਪਲਸੀਟਾ ਮਾਰ ਕੇ ਦੀ ਸੀ ਪਸ਼ੂ ਚਾਰਨ ਵਾਲੇ ਕਦੇ ਨਿਆਣੇ ਵੀ ਮਾਈ ਨੂੰ ਪਤਨ ਲੱਗੇ ਲੰਮਾ ਸਾਰਾ ਨੜਾ ਲੈ ਲੈਣਾ ਉਹਨਾਂ ਖੇਚਣਾ ਮਖਾਂਗ ਤੇ ਜਾਂਦਾ ਠੰਡਾ ਹੋ ਜਾਂਦਾ ਵੀ ਪਤਾ ਉਹਨਾਂ ਲੱਗੇ ਵੀ ਮੈਂ ਪੀਤਾ ਇਹ ਉਹਨਿਆਣੇ ਕਰ ਲੈਂਦੇ ਹੁੰਦੇ ਸੀ ਹੁਣ ਤਾਂ ਦੁੱਧ ਦੇਖ ਕੇ ਵੈਸੇ ਹੀ ਅਲਰਜੀ ਹੁੰਦੀ ਐ ਦਹੀਂ ਦੇਖ ਕੇ ਮੱਖਣ ਦੇਖ ਕੇ ਪੁਰਾਣੀਆਂ ਗੱਲਾਂ ਸ਼ੌਕ ਸੀ ਤੇ ਹੁਣ ਜਿਹੜੇ ਮਬਾਬਾ ਬੁੱਢਾ ਵੀ ਲਿਆਏ ਸੀ ਨਾ ਬੂੜਾ ਕਹਿੰਦੇ ਮਾਰਾ ਕਹਿੰਦੇ ਤੂੰ ਚੋਰੀ ਲਿਆ ਤੇਰੀ ਮਾਤਾ ਗੁੱਟੂ ਕਹਿੰਦੇ ਉਹ ਤਾਂ ਮੈਨੂੰ ਬਾਹਰ ਚ ਕੁੱਟੂ ਤੁਸੀਂ ਮੈਨੂੰ ਹੁਣੇ ਮਾਰੀ ਜਾਣੇ ਜਿਹੜਾ ਮੇਰਾ ਛੱਕਦੇ ਨਹੀਂ ਮਾਰੇ ਕਹਿੰਦੇ ਤੂੰ ਤਾਂ ਬੁੜਿਆ ਬੁੜਿਆਂ ਵਾਲੀਆਂ ਗੱਲਾਂ ਕਰਦਾ ਉਥੋਂ ਨਾ ਬਾਬਾ ਬੁੱਢਾ ਪੈ ਗਿਆ ਕਹਿੰਦੇ ਉਹ ਤਾਂ ਜਦੋਂ ਮਾਰਨਗੇ ਮਾਰਨੇ ਤੁਸੀਂ ਮੈਨੂੰ ਹੁਣੇ ਮਾਰੀ ਜਾਣੇ ਜਿਹੜਾ ਮੇਰਾ ਪ੍ਰੇਮ ਭੇਟਾ ਛੱਕਦੇ ਨਹੀਂ ਧਿਆਨੰਗ ਸਰਬੱਤਰ ਪੂਰਨ ਉਹਨਾਂ ਦਾ ਧਿਆਨੰਗ ਸਰਬੱਤਰ ਵਿੱਚ ਸਾਰਿਆਂ ਜਿ ਪੂਰਨ ਇੱਕ ਰਸ ਪਰਮਾਤਮਾ ਉਹਨਾਂ ਨੂੰ ਨਜ਼ਰ ਆਉਂਦਾ ਜਿਵੇਂ ਪੁੰਨਿਆਂ ਦਾ ਚੰਦ ਦੀ ਚਾਨਣੀ ਸਾਰੇ ਆਕਾਸ਼ ਹੁੰਦੀ ਨੇ ਇਸ ਤਰ੍ਹਾਂ ਪਿਓ ਪੂਰਨ ਪੁਰਖ ਜਿਹੜਾ ਪਰਮਾਤਮਾ ਹਰ ਜਗ੍ਹਾ ਐ ਸਮਾਇਆ ਹੋਇਆ ਉਹਨਾਂ ਨੂੰ ਨજર ਆਉਂਦਾ ਗਿਆਨੰਗ ਸਮ ਦੁੱਖ ਸੁਖ ਸੁਖੰ ਚਾਹੇ ਦੋਖਾ ਜਾ ਸੁਖਾ ਜਾ ਉਹ ਗਿਆਨ ਵਿੱਚ ਉਹਨਾਂ ਦੀ ਸਮ ਦ੍ਰਿਸ਼ਟੀ ਰਹਿੰਦੀ ਹੈ ਦੁੱਖ ਵਿੱਚ ਘਮਰਾਉਂਦੇ ਨਹੀਂ ਸੁਖ ਵਿੱਚ ਹੰਕਾਰ ਨਹੀਂ ਕਰਦੇ ਇੱਕ ਅਸਬਿਰਤੀ ਰਹਿੰਦੀ ਆਮ ਬੰਦਾ ਸੁਖ ਚ ਰੱਬ ਨੂੰ ਭੁੱਲ ਜਾਂਦਾ ਦੁੱਖ ਵੇ ਰੱਬ ਇਹਨੂੰ ਕਾਲਾ ਕੱਢਣਗੇ ਅਮੇ ਦੇਣਗੇ ਮਨ ਨੂੰ ਹੋ ਗਿਆ ਪਰ ਜਿਹੜਾ ਗੁਰਸੇ ਕੋ ਨਹੀਂ ਉਹ ਦੁੱਖ ਸੋਖ ਇੱਕੋ ਸਮਾਨ ਰਹਿੰਦਾ ਇੱਕੋ ਸਮਾਨ ਕੋ ਨਹੀਂ ਕਰਦਾ ਹੁੰਦੇ ਕਿ ਨਹੀਂ ਇਹ ਕਥਾ ਸੁਣਦਾ ਮਤ ਲਿਆ ਇਹਨੂੰ ਗ੍ਰਹਿਣ ਕਰਨਾ ਇੱਥੇ ਟਿਕਣਾ ਯੋਗਤ ਨਿਰਮਲ ਨਰ ਮੈਰਣ ਯੋਗਤੀ ਕੀ ਹੈ ਹੈ ਮਨ ਨੂੰ ਨਿਰਮਲ ਕਰਨਾ ਤੇ ਨਰ ਮੈਰ ਰਹਿਣਾ ਕਿਸੇ ਨਾਲ ਬੈਰ ਨਾ ਕਰਨਾ ਇਹ ਹੀ ਵੱਡੀ ਯੋਗਤੀ ਹੈ दयालुं ਸਰਵਤਰ ਜੀਓ ਸਾਰੇ ਜੀਆਂ ਤੇ ਦਇਆ ਕਰਦੇ ਬਾਲਕ ਤੇ ਬੁੱਢੇ ਤੇ ਰੋਗੀ ਤੇ ਪਸ਼ੂ ਪੰਛੀ ਤੇ ਹੁਣ ਤਾਂ ਕਸਾਈ ਬਣੇ ਆ ਆ ਦੁੱਧ ਪੀਂਦੇ ਆ ਗਊਆਂ ਦੇ ਹਲਾਵਾਰਾ ਘੁੰਮਦੀਆਂ ਕੀ ਹਾਲ ਹੋਣ ਡਿਆ ਇੱਕ ਡਾਕਟਰ ਕੋਈ ਦਿਆਲੂ ਸੀ ਉਹ ਗਾਂ ਫਟੜੋਹੀ ਬਿਮਾਰ ਸੀ ਹੁਣ ਜਿਲੇ ਉਹਦਾ ਆਪਰੇਸ਼ਨ ਕੀਤਾ ਉਹਦੇ ਅੰਦਰੋਂ 14 ਕਿਲੋ ਲਫਾਫੇ ਨਿਕਲੇ ਭੁਖਦੀ ਮਾਰੀ ਖਾਈ ਗਈ ਕੀ ਗੱਲ ਹਸਰਾਪ ਪੈ ਰਿਹਾ ਇਸ ਦੇਸ਼ ਨੂੰ ਜਿਹੜਾ ਇਹ ਕੰਮ ਕਰਦੇ ਆ ਕੁੜੀਆਂ ਮਾਰੀ ਜਾਂਦੇ ਆ ਜੰਮ ਦੇ ਕੁੜੀਆਂ ਮਾਰਦੇ ਆ ਕਿੰਨਾ ਕੁਛ ਕਰਦੇ ਆ ਕੀ ਕੁਛ ਕਰਦੇ ਆ ਹਾਂਜੀ ਤੇ ਜਿਹੜੇ ਮਹਾਪੁਰਖ ਆ ਉਹਨਾਂ ਦਾ ਸਵਾ ਸਾਰੇ ਜੀਆਂ ਤੇ ਦਇਆ ਕਰਦੇ ਆ ਪੰਜ ਦੋਖ ਬਵਰਜਤ ਹੁਣ ਬਾਬਾ ਜੀ ਦੇਖਦੇ ਸੀ ਬਿੱਲੀ ਦੁੱਧ ਪੀਂਦੀ ਸੀ ਉਹਨਾਂ ਦੇਖਿਆ ਵੀ ਹੁਣ ਡੰਡਾ ਮਾਰਾਂਗੇ ਰੋੜਾ ਮਾਰਾਂਗੇ ਟੀਮ ਕਹਿੰਦੇ ਕੋਈ ਨਹੀਂ ਕਹਿੰਦੇ ਪਰਮਾਤਮਾ ਜੀ ਦੇ ਰੂਪ ਚ ਆਨੰਦ ਲੈ ਰਿਹਾ ਕਹਿੰਦੇ ਇਸ ਰੂਪ ਚ ਆਨੰਦ ਲੈ ਰਿਹਾ ਇਹ ਚ ਵੀ ਉਹੀ ਹੈ ਪਰ ਇਹ ਦੋਨਾਂ ਦੀ ਹੈ ਨਾ ਹਰੇਕ ਨਹੀਂ ਔਰ ਪੰਜ ਦੋਖ ਬਿਵਰਚ ਜਿਹੜੇ ਪੰਜ ਦੋਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਰਾਗ ਦਵੇਸ਼ ਵਿਦਿਆ ਅਸੰਮਤਾ ਵੀ ਨਵੇਸ਼ ਆਸਮਾਨ ਵਰਤੀ ਹੈ ਝੂਠਾ ਹਟ ਕਰੀ ਜਾਣਾ ਐਵੇਂ ਜੀ ਦੀ ਜਾਣਾ ਬਾਦਵਾਦ ਕਰੀ ਜਾਣਾ ਜਾਂ ਝੂਠਾ ਮੋਹ ਜਾਂ ਝੂਠਾ ਬੈਰ ਦਵੇਸ਼ ਕਰੀ ਜਾਣੇ ਇਹ ਉਹਨਾਂ ਚ ਨਹੀਂ ਰਹਿੰਦੇ ਪੰਜ ਕਲੇਸ਼ ਵੀ ਨਹੀਂ ਰਹਿੰਦੇ ਇਹ ਪੰਜ ਦੋਸ਼ ਵੀ ਨਹੀਂ ਰਹਿੰਦੇ ਇਹਨਾਂ ਨੂੰ ਬਵਾਰਜਤ ਹੈ ਇਹਨਾਂ ਨੂੰ ਆਪਣੇ ਮਨ ਨੂੰ ਰੋਕ ਕੇ ਰੱਖਦੇ ਤੇ ਦੂਜਿਆਂ ਨੂੰ ਵੀ ਇਹਨਾਂ ਬਕਾਰਾਂ ਨੂੰ ਮਨ ਨੂੰ ਰੋਕਣ ਦਾ ਉਪਦੇਸ਼ ਦਿੰਦੇ ਆ ਭੋਜਨ ਗੋਪਾਲ ਕੀਰਤਨ ਦਾ ਭੋਜਨ ਕੀ ਹੈ ਗੋ ਜਿਹੜਾ ਪ੍ਰਿਥਵੀ ਦਾ ਪਾਲ ਪਾਲਕ ਪਰਮੇਸ਼ਰ ਆ ਉਹਦੇ ਨਾਮ ਦਾ ਭੋਜਨ ਉਹਦਾ ਕੀਰਤਨ ਜਾਸ ਕਰਦੇ ਆ ਅਲਪ ਮਾਇਆ ਹਾਂਜੀ ਤੇ ਕਹਿੰਦੇ ਥੋੜੀ ਮਾਇਆ ਨੇ ਸਰ ਜਾਂਦਾ ਅੱਜ ਕੱਲ ਤਾਂ ਹੁਣ ਪੇਟ ਭਰਦਾ ਹੀ ਨਹੀਂ ਜਿਹਨੂੰ ਪੁੱਛ ਲੋ ਕਹਿੰਦੇ ਮਹंगाई ਬੜੀ ਐ ਗੁਜ਼ਾਰਾ ਨਹੀਂ ਹੁੰਦਾ ਮਾਇਆ ਵਿੱਚ ਅਲਪ ਮੈਨੇ ਨਿਰਲੇਪ ਰਹਿੰਦੇ ਆ ਕਿਸ ਤਰ੍ਹਾਂ ਨਲੇਪ ਰਹਿੰਦੇ ਆ ਜਲ ਕਮਲ ਰਹਤਾ ਜਿਵੇਂ ਪਾਣੀ ਚ ਕਮਲ ਨਰੇਪ ਰਹਿੰਦਾ ਨਾ ਅਲਪ ਮਾਇਆ ਮਾਇਆ ਵਿੱਚ ਅਲਪ ਮੈਨੇ ਨਿਰਲੇਪ ਰਹਿੰਦੇ ਆ ਅਲੇਪ ਨਲੇਪ ਰਹਿੰਦੇ ਆ ਜਾ ਲੇ ਕੰਮ ਲਾਤੇ ਜਿਵੇਂ ਪਾਣੀ ਦੇ ਕੰਮ ਲਾ ਲੇ ਪਰ ਜਿੰਨਾ ਪਾਣੀ ਵਧੀ ਜਾਂਦਾ ਨਾਲੀ ਵਧੀ ਜਾਂ ਉੱਤੇ ਹੀ ਰਹਿੰਦਾ ਡੁੱਬਦਾ ਨਹੀਂ ਇਹ ਉਹਨਰ ਲੇਪ ਰਹਿੰਦੇ ਜਿਵੇਂ ਹੁਣ ਸਾਖੀ ਸੁਣਾਈ ਸੀ ਨਾ ਮਲਤਾਨ ਗਾਇ ਸੀ ਕਟੋਰਾ ਭਰ ਕੇ ਦੁੱਧਾ ਲੈ ਤੇ ਪੀਰੀਆਂ ਭਰਿਆ ਤੁਹਾਡੀ ਇਥੇ ਲੋਟ ਨੇ ਤੇ ਮਨ ਚੰਬੇਲੀ ਦਾ ਫੁੱਲ ਪਾਤਾ ਹੈ ਤੇ ਜਿਵੇਂ ਚੰਬੇਲੀ ਨਰ ਲੇਪਿਆਂ ਹੋ ਰਹਾਂਗੇ ਤੁਹਾਡੇ ਬਦਬੂ ਖਾਦੂ ਸੁਗੰਧੀ ਪੈਦਾ ਕਰਾਂਗੇ ਤੇ ਡੁੱਲਿਆ ਵੀ ਨਹੀਂ ਉਛਲਿਆ ਵੀ ਨਹੀਂ ਤੇ ਚਰਨੀ ਦੇ ਪੈ ਸਾਰੇ ਪੀਰ ਮਲਦਾਨ ਦੇ ਆਪਦੇ ਸੰ ਸਮ ਮਿੱਤਰ ਸਤਰ ਚਾਹੇ ਮਿੱਤਰ ਆ ਚਾਹੇ ਸ਼ਤਰੂ ਆ ਉਹਨੂੰ ਇੱਕ ਸਮਾਨ ਪਦੇਸ਼ ਦਿੰਦੇ ਆ ਉਹਨਾਂ ਚ ਬੈਰ ਵਿਰੋਧ ਈਰਖਾ ਨਹੀਂ ਹੈ ਕਿ ਰਣਾ ਨਹੀਂ ਹੈ ਭਗਵੰਤ ਭਗਤ ਭਾਵਨੀ ਜਿਹੜਾ ਭਗਵੰਤ ਭਗਵਾਨ ਆ ਨਾ ਉਹਦੇ ਤੇ ਭਗਤੀ ਤੇ ਉਹਨਾਂ ਦੀ ਭਾਵਨਾ ਬਣੀ ਰਹਿੰਦੀ ਹੈ ਸ਼ਰਦਾ ਬਣੀ ਰਹਿੰਦੀ ਉਹਦੀ ਭਗਤੀ ਕਰਦੇ ਆ ਉਦੀ ਸ਼ਰਦ ਆ ਤੇ ਸਾਡੀ ਸ਼ਰਦ ਐ ਉਹੋ ਜਿਹੀ ਆ ਜੇ ਤਾਂ ਮੰਦੀਛਾ ਪੂਰੀ ਹੋਈ ਠੀਕ ਐ ਨਾ ਉਹਦੇ ਬਾਬਿਆਂ ਨੂੰ ਵੀ ਕੁਝ ਨਹੀਂ ਦਿੱਤਾ ਇਹ ਮਿਲਨੇ ਤੇ ਤੇਰੇ ਹੁਣ ਕਰਮੇ ਆ ਪਰ ਜਨ ਮੰਟਿਆ ਗਿਆ ਕੋ ਬਾਲਕ ਸੀ ਉਹ ਪਿੰਗਲਾ ਜੰਮਿਆ ਹਾਂਜੀ ਕਹਿੰਦੇ ਹੁਣ ਤੂੰ ਪਿੰਗਲਾ ਆ ਸਾਡੇ ਬੰਨਾਂ ਨੂੰ ਕੌਣ ਸੇਵਾ ਕਰੂ ਉਹ ਕਹਿੰਦੇ ਪੇਟ ਚ ਗਨ ਕੀਤੀ ਸੀ ਉਹ ਪਰਮਾਤਮਾ ਇਹ ਉਹਨਾਂ ਨੂੰ ਗੁੱਸਾ ਬੜਾ ਆ ਉਹ ਜੰਗਲ ਛੱਡਿਆ ਹਾਂਜੀ ਇੰਦਰ ਦੇਵਤਾ ਆ ਗਿਆ ਕਹਿੰਦੇ ਤੁਹਾਡੇ ਮਾਮ ਪੈਨ ਮੜਾ ਤੱਕਾ ਕੀਤਾ ਹਾਂ 10 ਕਿਚੋਨਾ ਕਹਿੰਦੇ ਕੁਝ ਵੀ ਨਹੀਂ ਹਾਂਜੀ ਕਹਿੰਦੇ ਕੋਈ ਤਾਂ ਕਾਨੀਗਾ ਦਾ ਜੋ ਮੇਰੀ ਕਿਸਮਤ ਆ ਕਹਿੰਦੇ ਬਾਦ ਕਹਿੰਦੇ ਮੇਰੀ ਕਿਸਮਤ ਦਾ ਦੇਮੇਗਾ ਜੋਦਾ ਕਹਿੰਦੇ ਜੋ ਕਿਸਮਤ ਆ ਕਹਿੰਦੇ ਜਾ ਸੁਵਾਰਗ ਚ ਬੈਠ ਕੋਦ ਮੈਨੂੰ ਮਿਲੇ ਜਾਣੀ ਤੇ ਬ੍ਰਹਮਾ ਆ ਗਿਆ ਉਹਨੂੰ ਵੀ ਉਹਨੂੰ ਵੀ ਮੈਂ ਕਿਹਾ ਵਿਸ਼ਣਵਾ ਉਹਨੂੰ ਵੀ ਹਾਂਜੀ ਕਿ ਉੱਥੇ ਉਧਰ ਆਖਤਾਂ ਨਹੀਂ ਟਾਣੀਆਂ ਚੋਗੀਆਂ ਫੜ ਲੱਗਾ ਨਾਲੇ ਪਾਣੀ ਦੇ ਚਾਸ਼ਮੇ ਫੁੱਟ ਪਏ ਰੱਬ ਕਰਦਾ ਹਾਂਜੀ ਤੇ ਉਹ ਤਿੰਨੇ ਦੇਵਤੇ ਆ ਗਏ ਬੜਾ ਸੰਤੋਖੀ ਬੜਾ ਵਿਸ਼ਵਾਸ ਪਰਮਾਤਮਾ ਤੇ ਉਹਨੇ ਦ੍ਰਿਸ਼ਟੀ ਕਰਕੇ ਸਰੀਰ ਇਹਨ ਰਾਜੀ ਕਰਤਾ ਕੱਲ ਹੋਕਮ ਆਇਆ ਸੀ ਨਾ ਭਗੌਰ ਸਾਹਿਬ ਪਿੰਗਲ ਪਹਾੜ ਪਾਰ ਪਰੇ ਪਿੰਗਲੇ ਵੀ ਸਹੀ ਕਰ ਤੇ ਮਾਰਨ ਇਸ ਵਾਸਤੇ ਕਹਿੰਦੇ ਜਿਹਦਾ ਭਗਵੰਤ ਦੇ ਉੱਤੇ ਭਗਤੀ ਆ ਅੰਦਰ ਤੇ ਭਾਵਨਾ ਪ੍ਰੇਮ ਵੀ ਹੈ ਤੇ ਸ਼ਰਧਾ ਵੀ ਹੈਗੀ ਹੈ ਹਾਂਜੀ ਉਹ ਐਸੇ ਮਹਾਂਪੁਰਖ ਆ ਇੱਕ ਸਮਾਨ ਸਭ ਨੂੰ ਉਪਦੇਸ਼ ਦਿੰਦੇ ਕੋਈ ਈਰਖਾ ਦਵੇਸ਼ਨ ਗੱਲ ਨਹੀਂ ਕਰਦੇ ਸਾਰਿਆਂ ਦੇ ਭਲੇ ਦੀ ਕਰਦੇ ਆ ਭਗਵੰਤ ਦੀ ਉਹਨਾਂ ਦੇ ਅੰਦਰ ਭਗਤੀ ਹੈ ਕਿਉਂ ਭਗਤੀ ਭਗਤ ਤੇ ਭਗਵੰਤ ਦੇ ਵਿੱਚ ਜਾਉਗੀਆਂ ਨਾ ਭਗਵਾਨ ਤੇ ਭਗਤੀ ਇਹਨਾਂ ਦੇ ਦਰਮਿਆਨੇ ਭਗਤੀ ਜਿਹੜੀ ਭਗਤੀ ਆ ਉਹ ਭਗਵਾਨ ਨੂੰ ਮਿਲਾਉਂਦੀ ਹੈ ਉਹ ਨੌਂ ਤਰ੍ਹਾਂ ਦੀ ਆ ਬਾਣੀ ਸੁਣਨੀ ਇਹ ਵੀ ਭਗਤੀ ਹੈ ਸਿਮਰਨ ਕਰਨਾ ਇਹ ਵੀ ਕੀਰਤਨ ਕਰਨਾ ਇਹ ਵੀ ਚਰਨਾਂ ਦੀ ਸੇਵਾ ਕਰਨੀ ਇਹ ਵੀ ਹਾਂਜੀ ਅਰਚਾ ਨੂੰ ਕੋਈ ਸੁਗੰਧੀ ਵਾਲੀ ਚੀਜ਼ ਛਿੜਕਣੀ ਇਹ ਵੀ ਦਾਸ ਵਾਲਾ ਮਿੱਤਰ ਵਾਲਾ ਭਾਵ ਹੁਣ ਬੰਦਨਾ ਨਮਸਕਾਰ ਕਰਨੀ ਨਵੈਦਨ ਕੋਈ ਚੀਜ਼ ਨੂੰ ਭੋਗ ਲਾਉਣਾ ਨੌ ਤਰ੍ਹਾਂ ਦੀ ਹੈ ਭਗਤੀ ਤੇ ਆਪਾਂ ਹੁਣ ਆਪਣੇ ਮਨ ਦੇਖ ਲਓ ਕਿ ਇਹਨਾਂ ਨੌ ਚੋਂ ਆਪਣੇ ਚ ਕੋਈ ਹੈਗਾ ਐਮੀ ਬਨੋਟੀ ਜੀ ਸ਼ਰਧਾ ਰਾਤ ਦੇ ਪਰ ਉਹਨਾਂ ਦੇ ਅੰਦਰ ਸਹੀ ਹੈ ਪ੍ਰੇਮਾ ਭਗਤੀ ਅੱਗੇ ਕੀ ਦੱਸਦੇ ਪਿਓ ਐਨੀ ਉੱਚੀ ਅਵਸਥਾ ਕਿਵੇਂ ਪ੍ਰਾਪਤ ਕਰ ਗਏ ਕਹਿੰਦੇ ਪਰ ਨਿੰਦਾ ਨੈ ਸਰੋਤ ਸਰਵਣ ਇਹਨ ਦੇ ਪ੍ਰਾਈ ਨਿੰਦਿਆ ਉਹ ਸਰਵਣ ਮੈਨੇ ਕੰਨਾਂ ਨੂੰ ਸੁਣਦੇ ਵੀ ਨਹੀਂ ਕਰਨੀ ਤੇ ਇੱਕ ਪਾਸੇ ਰਹਿ ਗਏ ਉਸ ਤਨ ਨਿੰਦਾ ਦੂ ਤਿਆਗਿਆ ਖੋਜਿਆ ਪਦ ਨਿਰਵਾਨ ਹਾਂਜੀ ਨਾ ਕੇ ਦੀ ਭੋਕੀ ਉਸ ਕਰਦੇ ਆ ਉਹਨਾਂ ਨੇ ਦਿਆ ਕਰਦੇ ਆ ਕਲਿਆਣ ਦੇ ਰਸਤੇ ਦੀ ਖੋਜ ਲੱਗੇ ਰਹਿੰਦੇ ਹੁਣ ਤਾਂ ਦੇਖ ਲੋ ਮਾਇਆ ਪਦਾਰਥਾਂ ਡੇਰਿਆਂ ਵਾਸਤੇ ਕਿਵੇਂ ਝਗੜੇ ਰਗੜੇ ਕਰਨ ਲੱਗੇ ਹੋ ਹਾਂਜੀ ਪਤਾ ਵੀ ਹੈ ਪੇ ਸਵਾਸ ਆਉਣਾ ਕਿ ਨਹੀਂ ਆਉਣਾ ਹੱਡ ਦੀਆਂ ਬਿਮਾਰੀਆਂ ਅਸੀਂ ਆ ਉੱਪਰ ਲਾ ਉੱਪਰ ਰਹ ਜਾਂਦਾ ਥਲੇ ਥਲੇ ਰਹ ਜਾਂਦਾ ਉਮਰਾਂ ਵੀ ਬੰਦੇ ਦੀ ਕੁਝ ਨਹੀਂ ਤੇ ਭਟਕਣਾ ਕਿੰਨੀ ਲੱਗੀ ਹੋਈ ਹੈ ਦਾਤਾ ਤਰੇ ਨੇ ਹਾਂਜੀ ਚੋਬੀ ਗੁਰੂ ਉਤਾਰੇ ਆ ਇੱਕ ਤਾਂ ਬਹੁਤ ਵੱਡਾ ਅਜਗਰ ਨਾਲ ਉਹ ਕਹਿੰਦੇ ਵੀ ਇਹ ਕੀ ਕੰਦਾ ਹੋਗਾ ਅਜਗਰ ਕਹਿੰਦੇ ਜਿਹੜਾ ਅਜ ਨਾਮ ਹੁੰਦਾ ਬਕਰ ਆ ਬਕਰੇ ਨੂੰ ਸਾਫਤਾ ਇਹਨੇ ਵਰਗਾ ਉਹਨੂੰ ਅਜ ਨਾ ਕਹਿੰਦੇ ਸਾਫਤਾ ਬਕਰਾ ਪਾਣੀ ਬਣ ਜਾਂਦਾ ਜਿਹੜੇ ਉਹਨਾਂ ਦੇ ਜੋ ਲੋਈਨੀ ਅਗਰ ਰੱਖੀ ਜੜ ਰੱਖੀ ਪੇ ਕੀ ਉਹ ਉਹਨੇ ਰਹੀ ਆਈ ਮਿੱਟੀ ਚਟੇ ਕਹਿੰਦੇ ਤੂੰ ਕੱਲੇ ਐਵੇਂ ਠੂਠਾ ਫੜੇ ਮੰਗਦਾ ਫਿਰ ਕਹਿੰਦੇ ਮੈਂ ਇਹਨੂੰ ਵੀ ਗੁਰੂ ਧਾਰਿਆ ਇਹ ਇਕੱਲੇ ਸੀ ਉਹਦੇ ਚ ਮਾਸ ਦੀ ਬੋਟੀ ਸੀ ਦੂਜਿਆਂ ਇਲਾ ਠੂਂਗੇ ਮਾਰਨ ਹੈ ਕੋ ਬੋਟੀ ਹੜਕੇ ਦੌੜ ਕੇ ਠੂਂਗਿਆਂ ਤੋਂ ਬਚ ਗਈ ਕਹਿੰਦੇ ਲੈ ਆ ਪਕੜਦੇ ਝਗੜੇ ਆਜਾ ਜਿੰਨੇ ਆ ਪਦਾਰਥ ਰੂਪੀ ਬੋਟੀ ਤੇ ਲੜਨ ਦਾ ਮਰਨ ਦਾ ਚਾਹੇ ਗਰੇਸੀ ਆ ਚਾਹੇ ਸਾਧਿਆ ਪੁੱਤੀ ਦੀ ਲੜਾਈ ਆ ਜਾਂ ਬੇਟੀ ਦੀ ਲੜਾਈ ਆ ਆਹੀ ਆ ਨਾ ਯਾਰ ਜੋਰੋ ਜੀ ਮਿਹਨਤਾਂ ਦੇ ਇਹ ਹੀ ਕੁਛ ਹੈਗਾ ਪਰ ਜਿਹੜੇ ਉਹ ਮਹਾਪੁਰਖ ਆ ਉਹਨਾਂ 'ਚ ਇਹ ਚੀਜ਼ਾਂ ਨਹੀਂ ਪਰ ਨਿੰਦਾ ਨ ਸ੍ਰੋਤ ਸਰਵਣ ਉਹ ਪਰਾਇ ਨਿੰਦਿਆ ਸਰੋਤ ਕੰਨਾਂ ਨਾਲ ਸੁਣਦੇ ਨਹੀਂ ਆਪ ਤਿਆਗ ਸੋ ਰੇਣਕ ਆਪਾ ਭਾਵ ਹੰਕਾਰ त्याग ਕੇ ਸਾਰਿਆਂ ਦੇ ਚਰਨਾਂ ਦੀ ਰੇਣ ਕਮ ਇਹਨੇ ਧੂੜ ਬਣ ਜਾਂਦੇ ਇਕ ਬੁੜੇ ਛੋਟੀ ਉਮਰ ਦਾ ਸੰਤ ਆਇਆ ਭਗ ਮੀਲੀ ਦੇ ਮਾਰਾ ਹਰਖੋਲ ਉੱਠੇ ਲੰਮੇ ਪੈਗ ਡੰਡਵਤ ਪ੍ਰਣਾਮ ਕੀਤੀ ਕਹਿੰਦੇ ਮਹਾਰਾਜ ਤੂੰ ਐਡੇ ਮਹਾਂਪੁਰਖ ਆ ਆ ਬਚਾ ਇਹਨੂੰ ਨਮਸਕਾਰ ਕਹਿੰਦੇ ਧਾਨਿਆ ਜਿਹਨੂੰ ਹੁਣੀ ਸੋਜੀ ਆ ਗਈ ਨੀ ਬੁਢੇ ਆ ਜਾਂਦੇ ਬੋਤਲਾਂ ਪੀਂਜ ਹੁੰਦੇ ਆ ਅਕਲ ਨਹੀਂ ਆਉਂਦੀ ਇਹ ਛੋਟੀ ਉਮਰ ਰੱਬ ਵਾਲੇ ਪਾਸੇ ਤੁਰ ਪਿਆ ਤਾਂ ਨਮਸਕਾਰ ਕੀਤੀ ਤੂੰ ਧਾਨਿਆ ਬਲਕੇ ਹਾਂ ਉਹ ਪੀਖਿਆ ਲਿਆ ਆਏ ਸੀ ਨ ਬਾਲਕ ਉਹ ਬੀਬੀ ਆ ਗਈ satsang ਕਰਨ satsangian ਦੇ ਘਰ ਦੀ ਉਹ ਸਾਰੇ ਬੜੇ ਸੂਮ ਚੀਪੜ ਤੋਂ ਜਿੱਥੇ ਆਈ ਹਾਂ ਜਿਹੜੇ ਲਈ ਸੰਤ ਆਇਆ ਉਹ ਬੀਬੀ ਨੂੰ ਪਰੇਸ਼ਨ ਕੀਤਾ ਕਹਿੰਦੇ muni ji aj hun savera ਹਰੇ ਦਾ 9 ਜਨਮ ਉਮਰ ਸੀ ਹੁਣੀ ਸਾਧ ਬਣ ਗਿਆ ਖਾਣ ਪੀਣ ਦਾ ਵਿਆਹ ਸ਼ਾਦੀ ਦੀ ਉਮਰ ਸੀ ਤੂੰ ਕਿੱਧਰ ਤੁਰ ਪਿਆ ਹਾਂ ਉਹ ਕਹਿਣ ਲੱਗਾ ਦੇਵੀ ਮਮਡਰ ਕਾਲ ਕਾ ਮੈਨੂੰ ਮੌਤ ਦਾ ਭੇਰ ਹਾਂ ਨੰਬਰ ਕਨੇ ਜੋ ਬਨਾਨਾ ਬਿਰਦੀ ਕਛਪੰਦ ਉਹ ਬੇਰਾਂ ਨ ਬੁਝਾ ਜੋ ਆਜ ਪਰੇ ਜਮ ਫੰਦ ਪਤਾ ਮੌਤ ਕਦੋਂ ਆ ਜਾਣੀ ਹੈ ਕਿ ਕੱਲ ਕਰਾਂਗੇ ਪਰਾਂਦਿਆਂ ਕਰਾਂਗੇ ਹਾਂ ਕੱਲ ਕਰਾਂ ਤਾਂ ਆਵੇ ਕਰ ਬੇਕਰਾਂ ਤਾਂ ਸੋਇਤਾਲ ਪਾਛੇ ਕੁਝ ਨੋ ਜੋ ਸਿਰ ਪਰ ਆਵੇ ਕਾਲ ਇਹ ਤਾਂ ਸਮਾਂ ਜਿਹੜਾ ਮਿਲਿਆ ਭਜਨ ਲਈ ਮਿਲਿਆ 사త్సੰਗ ਲਈ ਮਿਲਿਆ ਨਾਮ ਜਪਣ ਲਈ ਮਿਲਿਆ ਸੇਵਾ ਲਈ ਮਿਲਿਆ ਪਰਪਕਾਰ ਲਈ ਕੁਰਬਾਨੀ ਲਈ ਮਿਲਿਆ ਭਲੇ ਕੰਮਾਂ ਲਈ ਤੂੰ ਕਿਹੜੇ ਚਾਹੇ ਨੇ ਟੇ ਪਿਆ ਹਾਂਜੀ ਫਿਰ ਸੰਤਾਂ ਨੇ ਪਰ ਜਿੰਦਗੀ ਦੋ ਬਾਲਕ ਨੇ ਕਹਿੰਦੇ ਤੁਮ ਕਰ ਗਿਆ ਹਵਾਲ ਕਹਿੰਦੀ ਦੇਵੀ ਤੇਰੇ ਘਰ ਦਾ ਕੀ ਹਾਲ ਹੈ ਹੋਈ ਹੁਣ ਸਤਸੰਗਣ ਦੀ ਚੰਡੀ ਹੋਈ ਸੀ ਕਹਿੰਦੀ ਮਮ ਕਰ ਬਸੀ ਖਾਤ ਮੇਰੇ ਘਰ ਬਸੀ ਖਾਂਦੇ ਪਿਛਲੇ ਪੋਣੇ ਖਾਈ ਜਾਂਦੇ ਗਾ ਪੁਨ ਕਰਦੇ ਕੋਈ ਨਹੀਂ ਪਿਛਲੇ ਪੋਣਾਂ ਮਾਇਆ ਕੋਠੀਆਂ ਕਰਾਂ ਮਿਲ ਗਈਆਂ ਗਾਹਾਂ ਕਰਦੇ ਕੁਛ ਨਹੀਂ ਉਹ ਸਾਸ ਨੇ ਸੁਣ ਲਿਆ ਹੁਣ ਸੱਪ ਨੂੰ ਇੱਕ ਸਾਸਾ ਸਾਸ ਨੂੰ ਦੋ ਸੁਖ ਨਾ ਲੱਗਦੇ ਡਬਲ ਜ਼ਹਿਰ ਹੁੰਦੀ ਨੇ ਕਈਆਂ ਚ ਕਈ ਤਾਂ ਠੀਕ ਹੁੰਦੀਆਂ ਉਹ ਉਦੋਂ ਤਾਂ ਬੋਲੀ ਨੇ ਪੁੰਡਿਆ ਦਾ ਨਵਾਂ ਨਾਮ ਵਿਆਹ ਕਾਲਾ ਨੰਬਦੇ ਘਰਿਆਂ ਨੂੰ ਕਹਿੰਦੀ ਆ ਨੋ ਰਾਨੀ ਸਾਡੀ ਫੁਕਰਿਆਂ ਕੋ ਸਾਡੀ ਮਿੱਟੀ ਫੁੱਟ ਦੀ ਤੇ ਅਸੀਂ ਜਦਨ ਦੀ ਆਏ ਕਦਮ ਬਈਆਂ ਖਾਧੀਆਂ ਹੈਂ ਹੈਂ ਰੋਹਿਤ ਆ ਜਾ ਖਾਨੇ ਆ ਉਹ ਸੋਹਰਾ ਕਹਿੰਦਾ ਐਮੀ ਨਹੀਂ ਗੱਲ ਹੈਗੀ ਪੁੱਛ ਦੇ ਵਿਚਾਰ ਨੂੰ ਹੁਣ ਵਿਚਾਰ ਨੇ ਫਿਰ ਪੁੱਛਿਆ ਸਿਆਣਪ ਨੂੰ ਤੇ ਬੇਟਾ ਕੀ ਗੱਲ ਹੈ ਉਹ ਕਹਿੰਦੇ ਮਾਰਾ ਮੇਰੇ ਬਚਨ ਦਾ ਮਤਲਬ ਇਹ ਆ ਅਸੀਂ ਪਿਛਲੇ ਪੁੰਨ ਖਾਨੇ ਗਾਂ ਕੋ ਦਾਨ ਪੁੰਨ ਨਹੀਂ ਕਰਦੇ ਕਹਿੰਦੇ ਅੱਛਾ ਕਹਿੰਦੇ ਜਿਹੜਾ ਕਰਦੀ ਉਹ ਹੀ ਮਿਲਣਾ ਦਾਨੰਗ ਪਰਾ ਪੂਰਨ ਭਜਾਂਦੇ ਮਿਹਬਤੇ। ਉਹੀ ਮਿਲਣਾ। ਕਹਿੰਦੇ ਫੇਆਂ ਔਕਾਰ ਬੇਰੜੇ ਦੀਆਂ ਰੋਟੀਆਂ ਸਾਧਾ ਨੂੰ ਖਿਲਾ ਲਿਆ ਕਰ। ਹਾਂ। ਕਣਕ ਦੇ ਛੋਲੇ ਆਟੇ ਵਾਲਾ ਕਿਉਂ ਬੇਰੜਾ ਕਹਿੰਦੇ। ਉਹ ਜਿਹਦੇ ਨੂੰ ਪਕਾਈਆਂ। ਪਾਣੀ ਨਾਲ ੂਣ ਭੋਕੇ ਸੋਹਰੇ ਅੱਗੇ ਰੱਖਦੀਆਂ। ਉਹਨੂੰ عمر ਵੀ ਸਿਆਣੇ ਸੀ, ਦੰਦ ਵੀ ਉਹੋ ਜਿਹਾ। ਹਾਂਜੀ। ਤੇ ਚਿੱਕੇ ਬੋਲੇ-ਬੋਲੇ ਰੋਈ ਖਾਂਦਾ ਸੀ। ਕਹਿੰਦੇ ਬੇਟਾ ਕਣਕ ਦਾ ਮੈਦਾ ਹੈ ਨਹੀਂ। ਪਰੌਠਾ ਨਹੀਂ। ਕਹੇ ਬਾਪੂ ਜੀ ਜਿਹੜਾ ਆਪਾਂ ਖਵਾਉਨੇ ਉਹ ਹੀ ਮਿਲਣਾ ਮੈਂ ਕਿ ਹਾਲੇ ਤੇ ਜਾਂਦੇ ਹੈਗੇ ਆ ਹੁਣ ਪ੍ਰੈਕਟਿਸ ਕਰ ਲਓ ਗਾਉ ਖਾ ਹੋ ਜਾਣਾ ਹੈ ਉਹ ਸੰਗਣ ਸੀ ਕਹਿੰਦੇ ਫੇ ਹੁਣ ਚੰਗੇ ਚੰਗੇ ਪਰੌਠੇ ਬਣਾ ਕੇ ਸੰਗਤ ਨੂੰ ਖਿਲਾ ਕੇ ਲਾਤੇ ਸੇਵਾ ਕਰਨ ਸਾਰੇ ਸੇਵਾ ਕਰਨ ਲਾਤੇ ਸੋਇ ਉਸ ਵਾਸਤੇ ਇੱਥੇ ਇੱਕ ਪਿੰਡਿਆ ਸ਼ਾਜਾਦੀ ਫਾਜੀ ਖੜ ਨੇੜੇ ਉੱਥੇ ਸੰਤ ਰਾਮ ਇੱਕ ਸੰਤ ਹੋਇਆ ਇਹ ਕੋ ਬੀਬੀ ਅਸੀ ਸਾਂਗਣ ਹਾਂ ਤੇ ਉਹਨਾਂ ਸੰਤਾਂ ਨੂੰ ਨਾ ਪਰੌਠੇ ਮੱਖਣ ਦੇ ਰੋਜ਼ ਭੇਜਣਾ ਮਡੇ ਕੋਲ ਅਸੀ ਲੂਸੀ ਇਹ ਘਾਰਾ ਵਾਲਾ ਹਲਬੋਂਦਾ ਹੁੰਦਾ ਸੀ ਉਹ ਹੀ ਜਿਹੜਾ ਆਮ ਸਾਦਾ ਹੀ ਉਹ ਮੁੰਡਾ ਹੁਣ ਥੋੜੇ ਸੂਝ ਹੋ ਗਈ ਕਹਿੰਦਾ ਮੇਰੀ ਬੀਬੀ ਪਾਪਾ ਸਰਦਨ ਹਲਬੋਂਦਾ ਉਹਨੂੰ ਸੁਖੀਆਂ ਭੇਜਦੀ ਉਹ ਸੰਤ ਬੇਲਾ ਰਹਿੰਦਾ ਉਹਨੂੰ ਮੱਖਣ ਦੇਈ ਲਸੀਆਂ ਪਰੌਠੇ ਭੇਜਦੀ ਹੁਣ ਕੀ ਕਿਤੇ ਚਰਮਾ ਖਾ ਲੈਣਾ ਉਹ ਖਾ ਲਿਆ ਉਹਦੇ ਪੇਟ 'ਚ ਫਿਰ ਸੂਲ ਉੱਠ ਪਿਆ 88 ਪਵੇ ਉਹ ਹਲਮੈਂ ਜਿਹਨੇ ਸੁਣਿਆ ਕਹਿੰਦਾ ਵੀ ਮੁੰਡਾ ਤਾਂ ਆਪਣੇ ਦੀ ਆਵਾਜ਼ ਆ ਉਹ ਆਇਆ ਉਧਰ ਮਾਲ ਵੇਚ ਰਿਹਾ ਜਾ ਫਾਂਡਾ-ਮੁੰਡਾ ਕਰਾਉਣਾ ਉਹ ਕਰਿਆ ਰਾਮ ਨੂੰ ਬੈਦਾ ਕੀ ਮਾਂ ਕੋ ਚੂਰ ਰਾਮ ਨੂੰ ਚੁਗ ਲਿਆ ਬੀਬੀ ਕਹਿੰਦੀ ਕੀ ਗੱਲ ਸੰਤਾਲੀ ਪਰੌਠੇ ਨਹੀਂ ਖਾਲਾ ਕਹਿੰਦੀ ਖਾਲਾ ਕਹਿੰਦੇ ਫਿਆਲੇ ਸੰਤਾਲੀ ਕਿਸਮਤ ਤਾਂ ਬਣ ਜਾਂਦੀ ਮੈਂ ਸੰਤਾਂ ਨੂੰ ਤਾਂ ਖਲਾਉਂਦੀ ਸੀ ਤੁਹਾਡੀ ਕਿਸਮ ਪਰੌਠਿਆਂ ਵਾਲੀ ਬਣ ਜਾਏ ਤੂੰ ਪਹਿਲੇ ਖਾਲਾ ਢਿੱਡ ਦੁਖਣਾ ਸੀ ਹਾਲੇ ਤੁਹਾਡੀ ਪਰੌਠਿਆਂ ਵਾਲੀ ਕਿਸਮਤ ਹੈ ਨਹੀਂ ਹਾਲੇ ਤੁਹਾਡੀ ਇਹ ਹੀ ਹੈ ਜੇ ਸੇਵਾ ਕਰੋਗੇ ਤੇ ਪਰੌਠਿਆਂ ਵਾਲੀ ਬਣੂਗੀ ਜਿਹੜੀਆਂ ਸਿਆਣੀਆਂ ਬੀਬੀਆਂ ਲੜਕੀਆਂ ਉਹ ਸੇਵਾ ਵਾਲਾ ਭਾਵ ਸੋ ਇਹ ਸੁਭਾਅ ਇਸ ਤੇ ਮਾਰੇ ਕਹਿੰਦੇ ਆ ਉਹਨਾਂ ਦੇ ਅੰਦਰ ਐਸੀ ਨਿਮਰਤਾ ਹੁੰਦੀ ਪਰ ਨਿੰਦਾਂ ਨੇ ਸਿਰੋਤ ਸਰਵ ਨਿੰਦਿਆ ਨਹੀਂ ਸੁਣਦੇ ਆਪ ਤੇ ਆਪ ਭਾਵ ਤੇ ਆ ਕੇ ਸਗਲੇ ਨੇ ਸਾਰਿਆਂ ਦੇ ਚਾਨੇ ਧੂੜ ਬਣ ਕੇ ਰਹਿੰਦੇ ਘਟ ਲਖਣ ਪੂਰਨਗ ਪੁਰਖ ਇਹ ਛੇ ਲਖਣ ਪੂਰਨ ਪੁਰਸ਼ ਹੁੰਦੇ ਆ ਉਹ ਤਾਂ ਹਰੇਕ ਪੂਰਨ ਬਣ ਕੇ ਬੈਠਾ ਹੈ ਨਾ ਤੇ ਮੈਂ ਬਹੁਤ ਵੱਡਾ ਪੂਰਨ ਹਨ ਨਹੀਂ ਵੱਡੇ ਡੇਰੇ ਨਾਲ ਜਾਂ ਵੱਡੀ ਕਾਰ ਨਾਲ ਬਹੁਤੀ ਸਿੱਖੀ ਸੇਵਕੀ ਨਾਲ ਕੋਈ ਪੂਰਨ ਨਹੀਂ ਬਣਦਾ ਇਹ ਤਾਂ ਕਮਾਈ ਦਾ ਸੌਦਾ ਪਰਮਾਤਮਾ ਦੀ ਬਖਸ਼ਿਸ਼ ਦਾ ਸੌਦਾ ਹੈ ਇਹ ਚੀਜ਼ਾਂ ਵੱਖਰੀਆਂ ਇਹ ਜਲ ਜਲੋ ਠਾਠੇ ਬਾਗੇ ਵਖਰੇ ਕਿਉਂਕਿ ਇਹ ਤਾਂ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਈ ਇਹ ਤਾਂ ਚਾਰ ਦਿਨ ਦੀ ਹੁੰਦੀ ਹੈ ਠਾਠਾ ਬਾਗਾ ਇਹਦੇ ਮਗਰ ਇੰਨੀ ਪਬਲਿਕ ਆ ਇਹਦੇ ਕੋ ਇੰਨੇ ਆਸਥਾਨ ਆ ਇਹਦੇ ਮਗਰ ਇੰਨੇ ਦੁਨੀਆਂ ਫਿਰਦੀ ਐ ਇੰਨੇ ਸਲਾਮ ਐ ਤਾਂ ਦੁਨੀਆਂ ਵੀ ਗੱਲਾਂ ਪਰ ਉਹ ਜਿਹੜੇ ਆ ਉਹ ਤਾਂ ਆਪਣਾ ਜਾਹ ਰਹੀ ਨਹੀਂ ਕਰਦੇ ਡਾਕਟਰ ਭਾਈ ਵੀਰ ਸਿੰਘ ساری ਜ਼ਿੰਦਗੀ ਸਟੇਜ ਤੇ ਕੱਖਰ ਨਹੀਂ ਬੋਲੇ ਜਿਹੜਾ ਉਹਨੇ ਲੇਖ ਨਹੀਂ ਪੜ ਲੰਦਾ ਨਾਸਤ ਕਾ ਉਸਤਕ ਬਣ ਜਾਂਦਾ ਐਨੀ ਸ਼ਰਦਾ ਉਹਨਾਂ ਦੀ ਕਲਮ ਨੇ ਇੰਨਾ ਕੰਮ ਕੀਤਾ ਕਿਉਂ 24 ਘੰਟੇ ਭਜਨ ਜੀ ਗੁਰੂ ਉਂਦੇ ਰਹਿੰਦੇ ਸੀ ਆ ਪ੍ਰੋਫੈਸਰ ਪੂਰਨ ਸਿੰਘ ਰਾਮ ਤੀਰ ਦੇ ਸੰਗਤ ਕਰਕੇ ਮੂੰਹ ਸਰਮਨਾਤਾ ਇਹ ਡਾਕਟਰ ਭਾਈ ਵੀਰ ਸਿੰਘ ਨੇ ਇਹਨਾਂ ਦੇ ਜੀਵਨ ਨੂੰ ਬਲਟਿਆ ਇਸ ਕਰਕੇ ਖੱਟ ਲਖਣ ਪੂਰਨਗਪੁਰਖ ਹੈ ਨਾਨਕ ਨਾਮ ਸਾਧ ਸੋਜਣ ਕਹਿੰਦੇ ਜਿਹੜੇ ਪੂਰਨਪੁਰਖ ਹੈ ਉਹਨਾਂ ਦੇ 6 ਲਖਣ ਆ ਹਾਂਜੀ 6 ਲਖਣ ਆ ਉਹਨਾਂ ਦੇ ਹਾਂਜੀ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਸਾਧੂ ਨੂੰ ਸੱਜਣ ਦਾ ਨਾਮ ਬਖਸ਼ਦੇ ਆ ਉਸ ਲਈ ਸੱਜਣ ਉਹ ਸਾਧੂ ਵਾ ਸਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਾਂ ਨੂੰ ਜਿੱਥੇ ਲੇਖਾਂਗੇ ਤੇ ਉੱਥੇ ਘੜੇ ਦਸਨ ਇੱਕ ਬੀਬੀ ਬਾਲ ਵਿਧਵਾ ਹੋ ਗਈ ਉਹ ਮਹਾਰਾਜ ਕੋਈ ਹਰ ਕੋਲ ਮਹਾਰਾਜ ਹੁਣ ਤਾਂ ਤੁਹਾਡਾ ਹੀ ਆਸਰਾ ਮਹਾਰਾਜ ਨੇ ਅਸ਼ੀਰਵਾਦ ਦਿੱਤੀ ਕਹਿੰਦੇ ਕੋਈ ਨਹੀਂ ਅਸੀਂ ਬੀਬਾ ਹਮੇਸ਼ਾ ਤੇਰੇ ਅੰਗ ਸੰਗਿਆ ਉੱਥੇ ਸੰਤ ਬੈਠਾ ਕਹਿੰਦੇ ਬੱਬਾ ਜੀ ਤੁਹਾਡਾ ਸਰੀਰ ਹੁਣ ਵਿਰਦ ਹੋ ਗਿਆ ਪਤਾ ਨਹੀਂ ਕਦੋਂ ਤੁਸੀਂ ਚਲੇ ਜਾਣਾ ਤੁਸੀਂ ਐਡੀ ਵੱਡੀ ਗੱਲ ਕਹਿਤੀ ਉਹ ਕਹਿੰਦੇ ਸੰਤ ਜੀ ਜੋ ਤੁਮ੍ਹ ਨਹੀਂ ਆਪਣੇ ਜਿਗਿਆ ਸੁਨਾ ਗੱਲ ਕਹਿੰਦੇ ਤੋ ਬਰਦਾਸ਼ਤ ਨਹੀਂ ਹੁੰਦੀ ਕਹਿੰਦੇ ਤੁਸੀਂ ਸਾਨੂੰ ਸਰੀਰ ਸਮਝਦੇ ਆਂ ਕਿ ਆਤਮਾ ਸਮਝਦੇ ਆਂ ਤੁਸੀਂ ਸਰੀਰ ਦੇ ਦਿੰਦੇ ਆਂ ਕਹਿੰਦੇ ਇਹ ਸਰੀਰ ਤੋਂ ਪਹਿਲਾਂ ਵੀ ਸੀ ਹੁਣ ਵੀ ਹੈ ਜਿੱਦਣ ਸਰੀਰ ਨਹੀਂ ਉਦਣ ਵੀ ਆਤਮਾ ਤਾਂ ਸਦਾ ਰਹਿੰਦੀ ਹੈ ਨਾਲ ਸੁੰਦੀ ਨਹੀਂ ਹਾਂਜੀ ਕਿਉਂਕਿ ਮਾਰੇ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਉਹ ਤਾਂ ਸਦਾ ਰਹਿੰਦੇ ਆਂ ਦਾ ਹਜ਼ਰ ਨਾਜ਼ਰਿਆ ਹਾਂਜੀ ਸੋ ਇਸ ਕਰਕੇ ਕਹਿੰਦੇ ਐ ਕਿ ਪ੍ਰਾਈਨਿੰਦਿਆ ਕੰਨਾਂ ਨਾਲ ਨਹੀਂ ਸੁਣਦੇ ਸਗੋਂ ਆਪਾ ਭਵਤੇ ਆ ਕੇ ਸਾਰਿਆਂ ਦੇ ਚਰਨਾਂ ਹੀ ਧੂੜ ਬਣ ਜਾਂਦੇ ਐ ਇਹ ਛੇ ਲੱਛਣ ਪੂਰਨ ਪੁਰਖ ਹੁੰਦੇ ਐ ਔਰ ਮਹਾਰਾਏ ਕਹਿੰਦੇ ਐ ਤੁਹਾਨੂੰ ਗੁਰੂ ਨਾਨਕ ਸਾਹਿਬ ਜਿਹੜੇ ਐਸੇ ਸਾਧੂ ਆ ਉਹਨੂੰ ਸਜਣ ਦਾ ਨਾਮ ਬਖਸ਼ਿਸ਼ ਕੀਤਾ ਉਹ ਅਸਲੀ ਸਜਣ ਐ ਬਾਕੀ ਤਾਂ ਪਿਆਲੀ ਚਾਟਿਆ ਪਿਆਲੀ ਭਲਾ ਦਿਓ ਮਿੱਤਰਿਆ ਪੈਸੇ ਦੇ ਦਿਓ ਜਿਨ੍ਹਾਂ ਦੇ ਖਾਈ ਜਾਣਗੇ ਵੇਗੇ ਵਸ ਗੱਲ ਦੀ ਮੋਰੀ ਤੋਂ ਥੱਲੇ ਚਲੇ ਗਿਆ ਫੇਰ ਕੌਣ ਤੋਂ ਤੂੰ ਕੌਣ ਮੈਂ ਕਹ। ਦੇਖ ਲੋ ਕਰਕੇ ਜਿੰਨਾ ਮਰਜੀ ਪਾਰ ਪੁਕਾਰ ਕਰ ਲੋ ਬਾਅਦ ਕਾਣੀ ਕੋਡੀ ਕਦਰ ਨਹੀਂ ਕਰਦੇ। ਦੁਨੀਆ ਦਾ ਇਹ ਹਾਲ ਹੈ। ਪਰ ਜਿਹੜੇ ਉਹ ਮਹਾਪੁਰਖ ਆ ਉਹ ਲੋਕ ਦੇ ਵੀ ਪਰ ਲੋਕ ਦੇ ਵੀ। ਹਾਂਜੀ ਇਸ ਕਰਕੇ ਕਹਿੰਦੇ ਆ ਕਚੜਿਆਂ ਤੋਂ ਤੋੜ ਟੁੰਡ ਸਜਣ ਸੰਤ ਪਕਿਆ ਉਹ ਜਵੰਦੇ ਵਿਛੜੇ ਉਹ ਮਿਆਂ ਨਾ ਜਾਹੀ ਛੋੜ। ਉਹ ਮਾਰਨ ਤੋਂ ਬਾਅਦ ਵੀ ਰੱਖਿਆ ਕਰਦੇ। ਮਾਤਾ ਪੁਰਨ ਕੋਰ ਸੀ। ਤੂ ਬੇਦਾਰ ਕਰਮ ਸੰਦੇ ਘਰ ਵਾਲੀ ਹਰਖਵਾਲ ਜਦੋਂ ਮਹਾਰਾਜ ਜੰਗਲ ਚ ਆਏ ਨਾ ਮਾਤਾ ਮਲਣ ਪਟਰਾਣੇ ਵਾਲੀ ਉਹ ਸਤਿਗੁਰੂ ਰਾਮ ਸਿੰਘ ਦੀ ਚੱਲੀ ਸੀ ਨਾਮਧਰੀਉਂ ਦੀ ਤੇ ਬਿਆਨਤ ਕਰਾਉਂਦੇ ਵੀ ਮੈਂ ਸੇਵਾ ਕਰਨੀ ਸੰਗਤ ਦੀ ਤੇ ਮਹਾਰਾਜ ਕਹਿਣ ਲੱਗੇ ਤੇਰਾ ਫਲਾਣੇ ਪਿੰਡ ਫਲਾਣੇ ਨਾਲ ਸੰਜੋਗ ਹੈ ਉੱਥੇ ਅਸੀਂ ਆਵਾਂਗੇ ਸੇਵਾ ਕਰਨ ਲਈ ਤੇ ਮਹਾਰਾਜ 1800 ਬੱਤਰੀ ਕਰਿਓ 1885 ਚ ਸਮਾਗਿਆ ਤੇ ਬਾਬਾ ਜਵਲਾ ਹੰਦਾ ਜਨਮ ਹੈਗਾ 1899 ਦਾ ਕਹਿੰਦੇ ਅਸੀਂ ਉੱਥੇ ਆਵਾਂਗੇ ਸੇਵਾ ਕਰਨ ਲਈ ਤੇ ਹਲੋ ਉੱਥੇ ਆ ਗਿਆ ਹੈ ਹੈ ਤੇ ਉਹਦੋਂ ਉਹਨਾਂ ਦਾ ਪਰਾਵਾ ਸੀ ਕੁੜਤਾ ਵਰ ਤੇਮੰਦ ਤੇ ਪਠਾਣੀ ਜੋੜਾ ਤੋੜੇ ਵਾਲੀ ਪਾਗ ਸਾਮਾ ਵਾਲਾ ਖੁੰਡਾ ਜੰਗਲ 'ਚ ਬਾਬਾ ਜੀ ਨੇ ਕਿਹਾ ਵੀ ਮੰਗੇ ਨਹੀਂ ਖਾਣਾ ਕਿਹੋ ਜਾਣਾ ਨਹੀਂ ਸੰਤਾਨੀ ਸੰਗਤ ਕਰਨੀ ਤੇ ਲੋਕਾਂ ਜੋ ਇੱਥੇ ਡਾਕੂ ਰਹਿੰਦਾ ਉਹ ਮਾਤਾ ਨੂੰ ਕਰਦੇ ਮਾਤਾਏ ਡਰ ਲੱਗਦਾ ਇੱਥੇ ਡਾਕੂ ਰਹਿੰਦਾ 6 ਫੁੱਟ 2 ਇੰਚ ਲੰਬਾ ਜਵਾਨ ਹੈ ਹਾਂਜੀ ਚੜ੍ਹਦੀ ਜਵਾਨ ਸੀ ਮਹਾਰਾਜ ਜੀ ਕਹਿੰਦੇ ਅੱਛਾ ਕਿਸ ਤਰ੍ਹਾਂ ਦਾ ਚੱਕਰ ਚਿੰਜਲੇ ਦੱਸਿਆ ਉਹ ਚੰਡੀ ਹੋਈ ਸੀ ਨਾਮਦਾਰੀ ਇਹ ਕਣਕ ਧੋਤੀ ਸਖਾਈ ਚੱਕੀ ਨਾ ਆਟਾ ਪੀਠਾ ਸੋਚਮਨਾ ਬਾਣੀ ਪੜਦੇ ਜਬਜੀਤ ਸਾਹਿਬ ਲੰਗਰ ਤਿਆਰ ਕਰਕੇ ਰਾਕੇ ਸ਼ਾਬਾ ਚੱਲ ਭਈ ਸੇਵਾਦਾਰ ਨਾਲ ਲੜਾ ਤੇ ਮਹਾਰਤ ਜਨਰ ਹੋ ਜਾਂਦੇ ਸੀ ਬਾਬਾ ਸਿੰਘ ਨੇ ਕਿਹਾ ਸੀ ਬਾਬਾ ਹਰਨਾਮ ਸਿੰਘ ਸਾਡਾ ਰੂਪ ਆ ਬਾਬਾ ਕਰਨ ਚੇਲੇ ਉੱਥੇ ਜਾਇਆ ਕਰਿਓ ਰੋ ਜਾਂਦੇ ਸੀ ਜਿਲੇਉਂ ਗਏ ਤੇ ਮੋਰੀ ਮਾਤਾ ਆਉਂਦੀ ਡੇਢ ਵੜਤੀ ਵੀ ਬੀਬੀ ਆਉਂਦੀ ਕਹਿੰਦੇ ਮੈਂ ਤੁਹਾਡੇ ਲੰਗਰ ਲੈ ਆਈਆਂ ਕਹਿੰਦੇ ਮਾਤਾ ਜੀ ਮੈਂ ਤਾਂ ਡਾਕੂ ਆ ਕਹਿੰਦੇ ਨਾਏ ਮਾਤਾ ਕਹਾਂ ਮਾਤਾ ਤਾਂ ਖਲੌਂਦੀ ਹੁੰਦੀ ਆ ਜਾਂ ਮਾਤਾ ਨੇ ਕਹਿੰਦਾ ਦੀ ਮਾਤਾ ਗਿਆ ਮਾਤਾ ਦੇ ਵੀ ਪਾਲਦੀ ਹੁੰਦੀ ਆ ਛਕਾਉਂਦੀ ਹੁੰਦੀ ਆ ਕਹਿੰਦੇ ਅੱਜ ਮਾਤਾ ਛਕਾਈ ਕੱਲ ਪਰਸੋਂ ਫੇਖਾੜਾ ਕਹਿੰਦੇ ਜਦ ਤੱਕ ਮੇਰੀ ਜ਼ਿੰਦਗੀ ਤੇ ਕਹਿੰਦੇ ਹੋਰ ਸੰਗਤ ਆ ਜਿੰਨੇ ਮਰਜੀ ਰੱਬ ਨੇ ਬਹੁਤ ਦਿੱਤਾ ਸਾਰੀ ਜ਼ਿੰਦਗੀ ਸੇਵਾ ਕੀਤੀ ਜੋ ਛੜ ਆ ਜਣ ਫਿਰ ਵੀ ਬਰਨਦੇਵ ਨੇ ਰਾਹ ਦੇ ਦੇਣ ਫਿਰ ਕਹਿੰਦੇ ਵੀ ਆਮ ਬਿਆ ਜੋੜਿਆ ਹਲੇ ਹੈਗਾ ਇੱਕ ਟਾਣਾ ਟੁੱਟ ਗਿਆ ਕੁਝੇ ਪਾ ਕੇ ਰੱਖ ਗਈ ਇੜੀ ਕਣਾ ਨੇ ਜਦ ਸਾਢੇ ਚਾਹ ਤੇ ਘਰੇ ਚਾਗ ਲਿਆ ਹੁਣ ਸੇਵਾ ਨੂੰ ਭਾਈ ਉਹਦਾ ਵੀ ਪੁੱਤਰ ਬੂਟਾ ਸਿੰਘ ਹੁਣ ਵੀ ਮਾਤਨ ਵੀ ਆਉਂ ਗੜ ਵੀ ਰੱਖਣੀ ਹੁੰਦੀ ਅਜ ਦੇਖਦੇ ਨੇ ਹੁਣ ਸੇਵਾ ਗਾ ਗੁਰਦੁਆਰਾ ਬਾਬਾ ਜੀ ਸ਼ਰਮ ਬਣਾਉਂਦੇ ਨਾ ਇਹ ਕਲੇਸ਼ਈਆ ਵੱਡੇ ਡੇਰੇ ਚ ਮਿਲੇ ਆ ਬਾਬਾ ਜੀ ਫੇਰ ਵਰਦੇ ਹੀ ਆ ਇਹ ਗਣ ਐਨੀ ਮਾਇਆ ਚਾਹੀਦੀ ਉਹਨੇ ਸਿੰਗਾਪੁਰ ਠੇਕੇ 5000 ਕਹਿੰਦੇ ਲਓ ਲੈ ਕੇ ਜਾਂਦੇ ਹੁਣ ਮੈਂ ਬਾਬਾ ਜੀ ਟਾਂ ਸੌਂਡਾ ਚਾ ਕੇ ਪਰੇ ਸਟਾਈ ਜਾਂਦਾ ਦੋ ਸਾਲੇ ਮੇਰੇ ਫੇਰ ਮਨ ਜੋ ਹੈ ਬਾਬਾ ਸਿੰਘ ਦਾ ਹੈ ਗਿਆ ਜਿਹੜੇ ਮੈਨੂੰ ਹੁਕਮ ਕਰਦੇ ਬਾਬਾ ਵੀ ਸ਼ਰਮ ਉਹ ਰੂਪ ਧਾਰ ਲਿਆ ਫੇਰ ਸਾਧੂ ਵਜਨ ਕੀਤਾ ਫੇਰ ਗੁਰਦੁਆਰਾ ਗਿਆਨੀ ਜੋਤ ਸਿੰਘ ਆਪ ਆਇਓ ਇਟਾਂ ਫੜਾਉਂਦੇ ਰਹੇ ਦੇਖ ਲਓ ਵੱਡੇ ਵੱਡੇ ਗਿਆਨੀ ਇੱਕ ਵੀਰੇਟ ਗਿਆਨੀ ਜਿਹਦੇ ਗੂਠੇ ਦੇ ਵੱਜੀ ਸੀ ਅੱਜ ਆਪਾਂ ਉਹਨਾਂ ਦਾ ਨਾਮ ਲੈਣ ਨੂੰ ਤਿਆਰ ਨਹੀਂ ਘੜਮ ਚੌਧਰੀ ਬਹੁਤ ਬਣ ਜਾਂਦੇ ਆ ਅਰジナ ਲੋਕਾਂ ਨੇ ਕਿੰਨਾ ਕਿੰਨਾ ਚਿਰ ਕਥਾ ਕਹਾਣੀਆਂ ਸੇਵਾ ਕੀਤੀਆਂ ਹੱਥੀਂ ਸੇਵਾ ਕੀਤੀਆਂ ਮਹਾਂਪੁਰਖਾਂ ਨੀਆਂ ਬਚਨਾਂ ਦੇ ਵਿੱਚ ਸੋ ਇਸ ਕਰਕੇ ਮਾਰੇ ਕਹਿੰਦੇ ਆ ਕਿ ਇਹ 6 ਲਛਣ ਪੂਰਨ ਪੁਰਖਾਂ ਦੇ ਆ ਤੇ ਮਾਰੇ ਧੰਗ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਇਹ ਕਾਸ਼ੀ ਦੇ ਵਿੱਚ ਜਿਹੜੇ ਬੜੇ ਬੜੇ ਪੰਡਲ ਸੀ ਕਹਿੰਦੇ ਅਸੀਂ ਚਰਚਾ ਕਰਨੀ ਹੈ ਜੇ ਤਾਂ ਕਹਿੰਦੇ ਵਿਚਾਰ ਕਰਨੀ ਗੱਲ ਵੱਖਰੀ ਸੀ ਇਹ ਕੂਕਰ ਆ ਗਿਆ ਕਹਿੰਦੇ ਇਹਨਾਂ ਕਰ ਲਾ ਕਹਿੰਦੇ ਮਾਰਾ ਕਿਉਂ ਟੀਚਰ ਕਰਦੇ ਆ ਕਹਿੰਦੇ ਨਹੀਂ ਤੇਰਾ ਦਾਦਾ ਬੜਾ ਦਾਦਾ ਕਹਿੰਦੇ ਮੇਰਾ ਕਿਵੇਂ ਜਿਹੜੇ ਛੋਟੀ ਰੱਖੀ ਬੋਲ ਪਿਆ ਕਹਿੰਦੇ ਜਿਹੜੇ ਸਾਧੂ ਸੰਤ ਆਉਂਦੇ ਸੀ ਨਾ ਮੈਂ ਚੱਕ ਮਾਰਦਾ ਹੁੰਦਾ ਬਾਤ-ਬਾਤ ਕਰਦਾ ਸੀ ਉਹ ਕਦੇ ਕਹੇ ਕੁੱਤੇ ਮੂੰਹ ਗਾਲੇ ਭੌਂਕੀ ਜਾਂਦਾ ਕਹਿੰਦੇ ਤਾਂ ਕਹਿੰਦੇ ਮਾਰਾ ਮੁਕਤੀ ਕਰੋ ਫਿਰ ਮਾਰ ਨੇ ਕਿਰਪਾ ਕੀਤੀ ਇਹ ਸਹਿਸ ਕਿਰਤੀ ਸ਼ਲੋਕ ਅਚਾਰਨ ਕਰਕੇ ਸਿਖਿਆ ਦਿੱਤੀ ਉਹ ਕਦੇ ਸ਼ਲੋਕ ਜਿਹੜੇ ਮਿਲਿਆ ਮਾਤਾ ਨੂੰ ਪੁੱਛਿਆ ਵੀ ਗੋ ਨਾਨਕ ਗਦੀ ਕਹਿੰਦੇ ਹੁਣ ਕਹਿੰਦੇ ਪੰਜਵੇਂ ਪਾਤਸ਼ਾਹ ਫੇ ਮਹਾਰਾਜਰਨਾਂ ਜਾਏ ਸੀ ਉਹ ਸੱਚੇ ਪਾਤਸ਼ਾਹ ਇਸ ਕਰਕੇ ਕਹਿੰਦੇ ਆ ਕਿ ਇਹ 6 ਲੱਛਣ ਕਹਿੰਦੇ ਉਹ ਕਾਲਪੁਰਖ ਦੇ ਨਾਂ ਜਿਹੜਾ ਨਾਮ ਰੂਪੀ ਮੰਤਰ ਜਪਦੇ ਹੁਣੇ ਤੁਹਾਨੂੰ ਤੁਹਾਨੂੰ ਵੀ ਬੀਬੀ ਦੱਸਿਆ ਸੀ ਨਾ ਨਸਲਪੁਰੀਆਂ ਨੂੰ ਬਾਬੇ ਨਸਲਪੁਰੀਆਂ ਬਾਬਾ ਜੀ ਸਨ ਤੁਹਾਡੇ ਹੱਥ ਫੜ ਲਿਆ ਨਾ ਫੜੇ ਫੇ ਪਕੜ ਕੇ ਕਹਿਣ ਲੱਗੇ ਇੱਕ ਗੁਰਮੰਤਰ ਕੀ ਹੈ ਹਾਂ ਫਿਰ ਆਪੇ ਉਹ ਨਹੀਂ ਕਹਤਾ ਵਾਹਿਗੁਰੂ ਗੁਰਮੰਤਰ ਜਪ ਹਮੇ ਖੋਈ ਮਹਾਂਪੁਰਮ ਬਚਨ ਕਰਤਾ ਇੱਕ ਜਾਦ ਕਰਾਉਂਦੇ ਮੰਤਰ ਤਾਂ ਗੁਰੂ ਨਾਨਕ ਦੇਗਾ ਉਹ ਪ੍ਰੇਰਣਾ ਦਿੰਦੇ ਜਿਹੜੇ ਮਹਾਂਪੁਰਖ ਕਿਉਂਕਿ RAM JODHA ਤਾਂ ਮੁਕਤ ਉਹਨ ਸੰਤ ਜੀ ਬਾਬੇ ਨਾਮ ਸੰਤਾਂ ਦਾ ਕੰਮ ਇਹ ਹੈ ਭੋਲਿਆਂ ਨੂੰ ਚੇਤੇ ਕਰਾਉਣਾ ਬੰਦਾ ਭੁੱਲ ਜਾਂਦਾ ਨਾ ਉਹ ਫੇ ਜਾਗੇ ਉਹ ਪਰ ਸੁੱਤੇ ਨੂੰ ਜਗਾਈ ਜਾਂਦੇ ਜਾਗੇ ਪੁਰਸ਼ ਦਾ ਨਾਮ ਸੰਤਿਆ ਸੋਇਸ ਕਰਕੇ ਕਹਿੰਦੇ ਉਹ ਅਕਾਲ ਪੁਰਖ ਨੂੰ ਸਾਰੇ ਪੂਰਨ ਜਾਣਦੇ ਪੂਰਨਤਾ ਦਾ ਧਿਆਨ ਕਰਦੇ ਆ ਹਾਂਜੀ ਅਧੂਰੇ ਦਾ ਧਿਆਨ ਨਹੀਂ ਪੂਰਨਤਾ ਦਾ ਕਹਿੰਦੇ ਇਹ ਗਿਆਨ ਨੂੰ ਨਹੀਂ ਧਾਰਿਆ ਦੁਖ ਸੁਖ ਵਿੱਚ ਇੱਕ ਕਰਕੇ ਜਾਣਦੇ ਹਾਂਜੀ ਔਰ ਇੱਕ ਜਾਣਣਾ ਨਾ ਨਿਰਮਲ ਤੇ ਨਿਰਮੈਰ ਪ੍ਰਮਾਤਮਾ ਨਾਲ ਜੁੜੇ ਰਹਿੰਦੇ ਆ ਜੇ ਮਨ ਚ ਬੈਰ ਆ ਜਾ ਬਿਰਤੀ ਉਦੋਂ ਉਖੜ ਜਾਊਗੀ ਉਖੜ ਜਾਂਦੀ ਹੈ ਕਿ ਨਹੀਂ ਕਹਿੰਨ ਦੁਸ਼ੈ ਹੈ ਉਦੋਂ ਖੜਜੋ ਕਿਤੇ ਕਰੋਧ ਹੀਰ ਖਾਜੋ ਨਾ ਫਿਰ ਉਦੋਂ ਮੰਟੇ ਜੇ ਭਜਨ ਕਰਦੇ ਆ ਜੇ ਮਨ ਚ ਟਿਕਾ ਰ ਹੈ ਨਾ ਕੇਲੇ ਬੈਰ ਬੁਰੋ ਨਾ ਫੇਵਰੇਟ ਉਤੇ ਚੜਦੀ ਜਾਂਦੀ ਹੈ ਤੇ ਜਿਲੇ ਆ ਜਾਂਦਾ ਉੱਥੇ ਥਲੇ ਉਤਰਉਂਦੀ ਠੀਕ ਹੈ ਨਾ ਹੁਣ ਤੂੰ ਹੈ ਤ ਸਿਆਣੇ ਆ ਮੇਰੇ ਨਾਲ ਉਮਰ ਵੀ ਵੱਡੇ ਵੀ ਆ ਸੰਗਤ ਵੀ ਕਾਫੀ ਕੀਤੀ ਹੈ ਹਾਲ ਸੁਭਾਅ ਛੱਡ ਦਿਓ ਰਸਾਨਾ ਚੱਬਿਆ ਕਰੋ ਸੁਣ ਲਈਦਾ ਉਹ ਗੱਲ ਉੱਥੇ ਚੜਦੀ ਸੀ ਹਾਂਜੀ ਉਹ ਵੀ ਹੁਣ ਪਹਿਲਾਂ ਗੁੜ ਖਾਈਏ ਜਿਵੇਂ ਕਹਿੰਦੇ ਨੇ ਮਸੀਤ ਵਿੱਚ ਕਾਜੀ ਸੀ ਪਹਿਲਾਂ ਨमाज ਪੜ ਗਿਆ ਟਿਆ ਫੇਕੇ ਨੂੰ ਗਾਲਾਂ ਕੱਢੇ ਉਧਰ ਪਾਈ ਜਗਤਾ ਜੀ ਮਹਾਰਾਜ ਆ ਗਏ ਕਹਿੰਦੇ ਮੌਲਵੀ ਜੀ ਕੀ ਕਰਦੇ ਆ ਪਹਿਲਾਂ ਤਾਂ ਮਠਿਆਈ ਖਾਧੀ ਹੁਣ ਆ ਗੰਦ ਖਾਂਦੇ ਆ ਸਿਰਸਨ ਨੂੰ ਬਹੁਤ ਸ਼ਰਮਿੰਦਾ ਹੋਇਆ ਆਚਰਣ ਡੇਪਾ ਕਹਿੰਦੇ ਨमाज ਪੜਦਾ ਸੀ ਮਠਿਆਈ ਖਾਂਦਾ ਸੀ ਹਾੜੀਆਂ ਗਾਲਾਂ ਕੱਢਦਾ ਇਹ ਗੰਦ ਖਾਂਦਾ ਸੁਣ ਲਿਆ ਤੁਸੀਂ ਹਾਂ ਉਹਨ ਆਪਣੇ ਆਪ ਦੇ ਕੰਟਰੋਲ ਕਰ ਜਜਵਾਤ ਕਾਬੂ ਕਰੀਦੇ ਹੁੰਦੇ ਐਵੇਂ ਕਪੜਿਆਂ ਤੋਂ ਬਾਹਰ ਨਹੀਂ ਹੋਗੇ ਤੁਰੀਦਾ ਹੁੰਦਾ ਸੰਸਾਰ ਦੇ ਉੱਤੇ ਬਹੁਤ ਕੁਝ ਹੈ ਇਸ ਕਰਕੇ ਉਹਨਾਂ ਦੇ ਲੱਛਣ ਇਹ ਆ ਕਹਿੰਦੇ ਵੀ ਨਿਰਮਲ ਵੀ ਹੈ ਮਨ ਨਰਵੈਰ ਵੀ ਹੈ ਪਰਮੇਸ਼ਰ ਜੁੜੇ ਰਹਿੰਦੇ ਆ ਸਾਰੇ ਜੀਆਂ ਦੇ ਦਇਆ ਕਰਦੇ ਆ ਪੰਜ ਦੋਹ ਕੰਮ ਕਰ ਲੋ ਮੋਹੰਕਾਰ ਤੋੜਿਆ ਤਹ ਹੁੰਦੇ ਆ ਮਾਇਆ ਤੋਂ ਹਲਪ ਮੈਨੇ ਅਸੰਗ ਹੁੰਦੇ ਆ ਨਿਰਲੇਪ ਹੁੰਦੇ ਆ ਕਿਸ ਤਰ੍ਹਾਂ ਜਿਵੇਂ ਪਾਣੀ ਇੱਕੋ ਮਿਲਿਆ ਚਤੁਰੇ ਮਿੱਤਰ ਜਿਹੜੇ ਉਹਨੂੰ ਇੱਕ ਸਮਾਨ ਉਪਦੇਸ਼ ਦਿੰਦੇ ਹਨ ਹਾਂਜੀ ਪਰਮੇਸ਼ਰ ਦੀ ਭਗਤੀ ਵਿੱਚ ਸ਼ਰਦਾ ਰੱਖਦੇ ਆ ਸ਼ਰਦਾ ਤੋ ਰਹਿਤ ਨਹੀਂ ਹੁੰਦੀ ਸਾਡੀ ਸ਼ਰਦਾ ਹੁੰਦੀ ਹੈ ਜੇ ਤੇ ਕੰਮ ਨੂੰ ਪੂਰੀ ਹੋਈ ਠੀਕ ਹੈ ਨਾ ਹੋਇਆ ਲੈ ਵੇ ਇੰਨਾ ਚਿਰ ਬੇਰ ਸਾਹਿਬ ਜਾਂਦੇ ਰਹੇ ਬਾਬੇ ਵੀ ਨੂੰ ਕੁਝ ਨਹੀਂ ਦਿੱਤਾ ਕਨੇ ਸਾਡੇ ਇਹ ਆल्या ਪਰੋ ਜੜੇ ਆ ਉਹ ਕਹਿੰਦੇ ਇਹ ਮੌਜ ਹੈ ਮਾਰੇ ਦੀ ਹਾਂਜੀ ਕਦੀ ਨਾ ਸ਼ਰਦਾ ਕ ਨਹੀਂ ਹੁੰਦੀ ਪਰ ਇਹ ਨਿੰਦਿਆ ਕੰਨਾਂ ਨੂੰ ਸੁਣਦੇ ਆਪਾਂ ਆਪ ਹੰਕਾਰ ਤਿਆਰ ਕੇ ਸਾਰੇ ਚਾ ਨਹੀਂ ਧੂੜ ਬਣ ਜਾਂਦੇ ਇਹ ਛੇ ਲੱਛਣ ਪੂਰਨ ਪੁਰਖਾਂ ਦੇ ਹੈ ਜਿਹਨੂੰ ਕਹਿੰਦੇ ਤੁਹਾਨੂੰ ਗੁਰੂ ਨਾਨਕ ਪਾਸ਼ਾ ਦੱਸਦੇ ਕਹਿੰਦੇ ਜਿਹੜੇ ਸਾਧੂ ਆ ਉਹ ਅਸਲੀ ਸਜਣ ਆ ਬਾਕੀ ਦਾ ਬੈਰੀ ਆ ਉਤਰਨੀ ਨਹੀਂ ਦੇਂਦੇ ਧਰਮ ਦੇ ਰਸਤੇ ਉਹ ਕਹਿੰਦੇ ਜਾਂ ਹਮ ਲੜ ਕੇ ਤਮ ਤੁਮ ਲੜ ਕੋ ਤੁਰਨੀ ਨਾ ਦਿੰਦੇ ਹਾਂਜੀ ਉਹ ਬਤਨ ਸਿੰਘ ਹੁੰਦੇ ਸੀ ਆਨੰਦਪੁਰ ਛੱਡੇ ਸੀ ਨਾ ਰਾਗੀ ਦਾ ਕਰ ਦੇ ਆ ਗਏ ਮਾਰੇ ਬਤਨ ਨੂੰ ਘਰ ਭੇਜ ਦਿਓ ਹਾਂ ਉੱਥੇ ਕੁੜੀਆਂ ਪਾ ਦਿਆਂਗੇ ਮਾਂਪੇ ਦੀ ਸੇਵਾ ਕਰੂ ਮਾਰੇ ਕਹਿੰਦੇ ਜੀਵ ਦੇ ਅਸਲੀ ਛਤਰੂ ਹੈ ਜਿਹੜੇ ਲੱਗਣ ਨਹੀਂ ਦਿੰਦੇ ਕਿ ਪਾਸੇ ਕਹਿੰਦੇ ਲੈ ਜਾਣਾ ਲੈ ਜਾਓ ਸਾਨੂੰ ਕੀ ਹੈ ਅਸੀਂ ਦਸਮ ਪਾਸ਼ੇ ਚਾਣੇ ਕਿਵੇਂ ਕਹੀਏ ਚਲ ਜਾ ਹੁਣੇ ਦਸਮ ਪਾਸ਼ੇ ਚਾਣਨਾ ਚਾਇਆ ਆਨੰਦਪੁਰ ਸਾਹਿਬ ਤੁਸੀਂ ਸੇਵਾ ਛੜਾ ਕਰਨ ਨੂੰ ਲੈ ਜਾਂਦੇ ਆਂ ਹੈ ਫੇ ਤੁਹਾਡਾ ਹੈਗਾ ਲੈ ਜਾਣਾ ਲੈ ਜਾਓ ਅਸੀਂ ਨਹੀਂ ਕਹਿੰਦੇ ਬਾਰੇ ਹਿੰਦਾਸ ਮੁਗਲ ਬਾਸ਼ਾ ਕਰ ਚਰਨਾਂ ਚ ਮਾਰੇ ਘਰ ਵਾਲਿਆਂ ਨੇ ਬਾਬੇ ਬਾਲਸੰਧੀ ਮਾਂ ਬਿਮਾਰ ਹੋ ਗਈ ਮਰਨ ਪਹਿਰੇ ਸਨੇਹਾ ਭੇਜਿਆ ਪਹਿਲਾ ਨਾਮ ਬਹਾਲੀ RAM ਸੀ ਨਾ ਕਿ ਬਹਾਲੀ RAM ਨੂੰ ਭੇਜ ਦਿਓ ਉਹਨੇ ਮਾਰਨ ਪੁੱਛਿਆ ਮਾਰਾ ਮੇਰੀ ਮਾਂ ਬਿਮਾਰ ਜਾਮ ਮਾਰੇ ਆ ਗਿਆ ਨਾ ਦੇਣ ਕਹਿੰਦੇ ਜੇ ਬਹਾਲਸੰਧੀ ਚਲ ਗਿਆ ਨਾ ਜੇ ਉਹ ਜੇ ਦੂਏ ਪੁੱਤ ਉਹ ਜੇ ਤੈ ਬਣ ਜਾਣਾ ਹੁਣ ਇਹ ਵੀ ਦੂਰ ਰਹਿਦਾ ਕਰ ਜੇ ਨੇੜੇ ਹੋ ਜਾਏ ਫੇ ਉਹ ਜੇ ਹੁੰਦਾ ਕਹਿੰਦੇ ਹੁਣ ਤੈਨੂੰ ਨਹੀਂ ਆਗਿਆ ਦੇਵਾਂਗੇ ਨਾ ਉਹਦਾ ਧਿਆਨ ਮੇਰੇ ਵੱਲ ਆ ਜਾਣਾ ਵੀ ਮਾਰੇ ਨੇ ਆਗਿਆ ਨਹੀਂ ਦਿੱਤੀ ਹਾਂ ਵੀ ਮਾਰਦ ਬਹਾਲ ਤੋਂ ਤਾਂ ਨਹੀਂ ਆ ਮਾਰੇ ਨੇ ਆਗਿਆ ਨਹੀਂ ਦਿੱਤੀ ਜੇ ਉਹਦਾ ਧਿਆਨ ਮੇਰੇ ਚ ਰਿਹਾ ਮਰ ਗਈ ਤੇ ਮੁਕਤ ਹੋ ਜਾਊਗੀ ਦੇਖੋ ਕਿੱਥੇ ਦੀ ਮਹਾਂਪੁਰਖ ਸੋਚਦੇ ਕਹਿੰਦੇ ਇਹ ਮੇਰਾ ਧਿਆਨ ਰਹੂਗਾ ਮਰ ਜਾਊਗੀ ਮੁਕਤ ਹੋ ਜਾਊਗੀ ਜਿਵੇਂ ਉੱਥੇ ਚਲੇ ਗਿਆ ਗੁੜੀ ਨੂੰ ਦੋ ਦਿਨ ਹੋਣਾ ਮੁੜ ਕੇ ਬਹਾਦੀਰਾਵੇਂ ਬਣ ਜਾਣਾ ਇਵੇਂ ਦੁਆਇਆ ਉਹ ਜਾਂ ਬਣ ਜਾਣਾ ਇਹ ਜਿਹੜਾ ਸੰਸਾਰ ਆ ਕੋਈ ਜਾਣੇ ਕਬ ਨਹੀਂ ਹਾਂ ਜਗ ਮੀਤ ਜਿਸ ਹੋਏ ਕਰਪਾਲ ਸੋਈ ਬਦੂ ਜਾ ਤਾਂ ਕਿ ਨਿਰਮਲ ਰੀਤ ਮਾਤੇ ਪਿਤਾ ਭਾਈ ਸੋਦਵੰਤਾ ਕਹੋ ਕਬਨ ਹੈ ਕਾ ਕੌਣ ਹੈ ਨੱਚ ਉਹਦੇ ਇੱਕ ਪਰਮੇਸ਼ਰ ਆ ਜਾਂ ਉਹਦੇ ਮਹਾਪੁਰਖ ਆ ਬਾਕੀ ਦਾ ਸਾਰੇ ਜੀਵ ਦੇ ਸ਼ਤਰੂ ਆ ਇਹਨੂੰ ਕਿਸੇ ਪਾਸੇ ਲੱਗਣ ਨਹੀਂ ਦਿੰਦੇ ਮੜਮੜ ਕੜੀ ਛੜੀ ਉਥੇ ਸੁੱਟਦੇ ਆ ਇਸ ਕਰਕੇ ਮਹਾਰਾਜ ਕਹਿੰਦੇ ਅਸਲੀ ਸਾਧੂ ਸੱਜਣ ਆ ਜਿਹੜੇ ਨਾਮ ਦੀ ਦਾਤ ਬਖਸ਼ਦੇ ਹੁਣ ਆ ਪਾਕਿਸਤਾਨ ਬਣਿਆ ਲੋਕ ਤੱਕੇ ਖੰਦੇ ਆਏ ਆ ਸਾਧੂਆਂ ਨੂੰ ਮੰਗ ਮੰਗ ਰੋਟੀਆਂ ਖਿਲਾਉਂਦੇ ਰਿਹਾ ਡੇਰਿਆਂ 'ਚ ਕੰਜਨ ਦਿਨ ਕੱਟੇ ਆ ਹਾਂਜੀ ਸਮਾਂ ਆ ਜਾਂਦਾ ਹੁਣ ਐਨਾ ਅੱਗ ਵਰਦੀ ਰਹੀ ਆ ਉਦੋਂ ਵੀ ਮਹਾਂਪੁਰ ਖੰਦੇ ਡੇਰਿਆਂ 'ਚ ਇਹ ਨਾਲ ਲੈਂਦੇ ਸੀ ਲੋਕ ਸਵੇਿਸ ਕਰਕੇ ਗੁਰਦੁਆਰਿਆਂ ਦੇ ਅੰਦਰ ਗੁਰੂ ਘਰਾਂ ਦੇ ਵਿੱਚ ਉਹ ਜਿਹੜੇ ਸਾਧੂ ਆ ਸੱਜਣ ਆ ਆ ਬਬਰ ਹੁੰਦੇ ਸੀ ਇਹਨਾਂ ਨੂੰ ਸਾਧੂ ਮੰਗ ਮੰਗ ਕੇ ਰੋਟੀਆਂ ਖਿਲਾਉਂਦੇ ਸੀ ਅੰਗਰੇਜ਼ ਸਰਕਾਰ ਇਹਨਾਂ ਦੇ ਮਗਰ ਲੱਗੀ ਹੁੰਦੀ ਸੀ ਇਹ ਸਾਧੂ ਜਿਹੜੇ ਉਹ ਦੇਸਾਂ ਪ੍ਰਦੇਸਾਂ ਸੰਸ ਸਿੱਖੀ ਦਾ ਪ੍ਰਚਾਰ ਵਿਦਵਾਨ ਮਹਾਂਪੁਰਖ ਜਿਹੜੇ ਕਰਦੇ ਵਿਦਿਆਪਨ ਨਹੀਂ ਗਿਆਨ ਲੈਣਾ ਫੇ ਭਜਨ ਕਰਕੇ ਆਨੰਦ ਪੈਦਾ ਕਰਨਾ ਫੇ ਗਾਂ ਗੁਰਮੰਦਾ ਪ੍ਰਚਾਰ ਕਰਨਾ ਅੱਜ ਹੁਣ ਸਮਝਦੇ ਵਿਦਿਆ ਦੀ ਲੋੜ ਨੇ ਨਾ ਕਮਾਈ ਦੀ ਲੋੜ ਆ ਇਹਦਾਂ ਨਹੀਂ ਤੁਰਦੇ ਹੁਣ ਤਾਂ ਪਹਿਲਾਂ ਕਹਿੰਦੇ ਆ ਪਿਉਂਦਿਆਂ ਨੂੰ ਬਹੁਤ ਵੱਡਾ ਢੇਰਾ ਹੋਏ ਗੱਡੀਆਂ ਹੁਣ ਕਾਰਾਂ ਹੁਣ ਤਰੰਤਲੇ ਮੋਬਾਈਲ ਹੁਣ ਸਾਰੇ ਸੋਖ ਹੁਣ ਹਾਂਜੀ ਕੋਈ ਜਪ ਤਪ ਕਰਨ ਲਈ ਤਿਆਰ ਨਹੀਂ ਤਾਂ ਬਾਬੇ ਫਰੀਦ ਕਹਿੰਦੇ ਜਪ ਤਪ ਕਾ ਬੰਦ ਬੇੜ ਲਾ ਜਿੱਤ ਲੰਗੇ ਬੇਹੇਲਾ ਨਾ ਸਰਬਰ ਨਾ ਉਛਲੇ ਇਹ ਬਾਣੀ ਕਹਿੰਦੀ ਪੰਜਵੇਂ ਵੀ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰਾਇਆ ਕੋ ਨਾਨਕ ਮਡੀਚ ਕਰਮਾ ਸਰਨ ਪਰੇ ਕੀ ਰਖਤ ਨਾଁ ਜਪ ਕਰਦੇ ਨਾ ਤਪ ਕਰਦੇ ਨਾ ਕੋਈ ਸਾਧੂਆਂ ਦੀ ਸੇਵਾ ਨਾ ਕੋਈ ਸੰਗਤ ਪ੍ਰਾਪਤਿਕ ਤੋਂ ਨੇ ਨਾਸਤਿਕਤਾ ਇੰਨੀ ਵਧੀ ਹੋਈ ਇਹ 6 ਲੱਛਣ ਹੈਗੇ ਇਹਨਾਂ ਉਗਣਾਂ ਤੋਂ ਬਿਵਰਜਤਿ ਉਹ ਆਭੀਰਤ ਹੁੰਦੇ ਲੋਕਾਂ ਨੂੰ ਵੀ ਰੋਗ ਦੇ ਭਾਈ ਆ ਮੜੇ ਕੰਮ ਨਹੀਂ ਕਰਨੇ ਅਮਰ ਸ਼ੋਗੋ ਬਾਣੀ ਪੜੋ ਨਾਮ ਜਪੋ satsang ਕਰੋ ਸੇਵਾ ਕਰੋ ਇਹ ਮਹਾਂਪੁਰਖ ਹੈ ਲੱਛਣ ਤੋਂ ਤੰਤਨ ਬਾਬਾ ਜਵਾਲਾ ہمارا ਜੀ ਬਾਰਸੀ ਮਨਾਉਣ ਦਾ ਸੀ ਤੇ ਪਾਗਲੇ ਰਹੇ ਸੀ ਪਾਈ ਸਾਹਿਬ ਪਾਈ ਮਨੀ ਸਿੰਘ ਦਾ ਸ਼ਹੀਦੀ ਦਿਨ ਬਾਬਾ ਦੀਪ ਸਿੰਘ ਸ਼ਹੀਦੀ ਦਿਨ ਮਨਾਇਆ ਅਜੂ ਗੁਰਦੁਆਰਾ ਗੁਰੂ ਕੇ ਬਾਗ ਹੁਣ ਮਨਪੁਰ ਖੰਡ ਦੇ ਜੀਵਨ ਪੜੋ ਕੈਸੇ ਬੰਦ ਬੰਦ ਘਟਾਲਾ ਹੈ ਹਾਂਜੀ ਇਸ ਵੇਲੇ ਅਗਰ ਬੈਠਣ ਦੀ ਜੇ ਬਿੰਦ ਸਰ ਸੇਵ ਕਰੀ ਜਾ ਅਜ ਉਹਨਾਂ ਦੀ ਪੂਜਾ ਦੁਨੀਆ ਨਾ ਕਰ ਅਗੜਦੀ ਆ ਜਾ ਜਾ ਸੁਖਨਮ ਪੂਰੀਆਂ ਉਹਨੇ ਕਮਾਈ ਕੀਤੀ ਹੈ ਕਮਾਈ ਨੂੰ ਨਮਸਕਾਰਾਂ ਜਦਨ ਉਹਨਾਂ ਦਾ ਜਨਮ ਹੋਇਆ ਹੋਰ ਵੀ ਜੰਮੇ ਹੋਣੇ ਬਜ਼ੇਰੇ ਪੁੱਛਦਾ ਕੋਈ ਕੰਮ ਕਿੱਥੇ ਆ। ਗੱਲ ਤੇ ਕਬੂਤਰ ਜਨਾਬ ਰਕੀ ਛਾਓ ਕਿਤੇ ਖਾਕੂਏ ਕੋਈ ਪੁੱਛ ਨਾ ਨਾ ਕੋਈ ਨਾਮ ਪੁੱਛਦਾ। ਵਰ ਜੀ ਨੇ ਕਮਾਈ ਕੀਤੀ ਜਿਨੀ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਅੱਜ ਅਸੀਂ ਜੋ ਮਾਰੇ ਨੇ ਬਾਣੀ ਵਿੱਚ ਪੂਰਨ ਪੁਰਖਾਂ ਦੇ 6 ਲੱਛਣ ਦੱਸਿਆ। ਉਹ ਵਿਚਾਰ ਸਰਵਣ ਕੀਤੀ ਹੈ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੀ ਮਹਾਰਾ ਕਿਰਪਾ ਕਰਨ ਕਿ ਸਾਨੂੰ ਸਾਰਿਆਂ ਨੂੰ ਸੁਮਤ ਬਖਸ਼ਿਸ਼ ਕਰਨ ਸਾਡਾ ਹਿਰਦਾ ਸ਼ੁੱਧ ਹੋਵੇ ਸਾਡੇ ਪਾਪ ਦੂਰ ਹੋਣ ਆਪਣੇ ਚਰਨਾਂ ਦੀ ਪ੍ਰੀਤੀ ਰੀਤੀ ਮਰਜਾਦਾ ਪ੍ਰਤੀਤ ਬਖਸ਼ਿਸ਼ ਕਰਨ ਸਾਰੀ ਸੰਗਤ ਦਾ ਭਾਈ ਧੰਨਵਾਦ ਮਹਾਰਾ ਸਭ ਨੂੰ ਨਾਮਦਾਨ ਸਿੱਖੀ ਸਦਕ ਪਰੋਸਾ ਤੰਦਰੁਸਤੀ ਬਖਸ਼ਿਸ਼ ਕਰਨ ਪੰਥ ਵਿੱਚ ਏਕਤਾ ਤੂਫਾਗ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ